ਸੇਸ਼ੀ ਕਾਲ ਜੀ ਸਾਰਿਆਂ ਨੂੰ ਗੁੱਡ ਇਵਨਿੰਗ एवरीवन ਹਾਂਜੀ ਜੀ ਲਾਈਵ ਕਲਾਸ ਦਾ ਹੋ ਗਿਆ ਟਾਈਮ ਫਟਾਫਟ ਸਾਰੇ ਸਟੂਡੈਂਟਸ ਆ ਜਾਓ ਔਰ ਅੱਜ ਆਪਾਂ ਨਾ ਦੋ ਕਰਨੇ ਨੇ ਵਾਰਤਕ ਭਾਗ ਦੇ ਵਿੱਚ ਠੀਕ ਹੈ ਲਾਲ ਸਿੰਘ ਕਮਲਾ ਕਾਲੀ ਵੀ ਕਰਾਂਗੇ ਔਰ ਉਸ ਦੇ ਨਾਲ ਨਾ ਸੋਭਾ ਸਿੰਘ ਵੀ ਬਿਕੋਸ ਦੋਨੋਂ ਹੀ ਬਹੁਤ ਛੋਟੇ ਛੋਟੇ ਟੌਪਿਕ ਹੈ ਗਿਆ ਇਸ ਕਰਕੇ ਮੈਨੂੰ ਲੱਗਿਆ ਕਿ ਫਿਰ ਇੱਕ ਦਿਨ ਦੇ ਵਿੱਚ ਅਗਰ ਸਾਡੇ ਦੋ ਹੋ ਸਕਦੇ ਆ ਵਾਰਤਕਕਾਰ ਹੈ ਨਾ ਤਾਂ ਕਿਉਂ ਨਾ ਕਵਰ ਕਰ ਲਈਏ ਰਾਈਟ ਜਿਹੜੇ ਸਟੂਡੈਂਟਸ ਪਹਿਲੀ ਵਾਰੀ ਸੈਸ਼ਨ ਨੂੰ ਦੇਖ ਰਹੇ ਆ ਉਹਨਾਂ ਨੂੰ ਮੈਂ ਦੱਸ ਦਿਆਂ ਕਿ ਇਸ ਸੈਸ਼ਨ ਦੇ ਵਿੱਚ ਅਸੀਂ ਡੇਲੀ ਹੀ ਮਾਸਟਰ ਕੈਡਰ ਦੀ ਤਿਆਰੀ ਕਰਦੇ ਆਂ ਓਕੇ ਔਰ ਇਸ ਦੇ ਵਿੱਚ ਅਸੀਂ ਪਿਛਲੇ ਸਾਰੇ ਹੀ ਲੈਕਚਰਸ ਆਲਰੇਡੀ ਜਿਹੜੇ ਕਰ ਚੁੱਕੇ ਆਂ ਉਸ ਦੇ ਵਿੱਚ ਆਧੁਨਿਕ ਕਾਵ ਹੈ ਵਾਰਤਕਤਾ ਸਿਰ ਚੱਲ ਚੱਲ ਹੀ ਰਿਹਾ ਆ ਉਸ ਤੋਂ ਬਿਨਾ ਅ ਕਿੱਸਾ ਕਾਵ ਸੂਫੀ ਕਾਵ ਗੁਰਮਤ ਕਾਵ ਇਹ ਸਾਰੇ ਹੋ ਚੁੱਕੇ ਨੇ ਠੀਕ ਹੈ ਜਿਹੜੇ ਸਟੂਡੈਂਟਸ ਨੇ ਨਹੀਂ ਦੇਖੇ ਹੋਏ ਉਹ ਦੇਖ ਲੈਣਾ ਔਰ 6 ਦਿਨ ਹੁੰਦੀਆਂ ਸਾਡੀਆਂ ਕਲਾਸਿਸ 7ਵੇਂ ਦਿਨ ਅਸੀਂ ਕਰਦੇ ਆਂ ਜੀ ਟੈਸਟ ਓਕੇ ਯਾਨੀ 6 ਦਿਨ ਚ ਤੁਸੀਂ ਜੋ ਵੀ ਪੜਿਆ ਹੁੰਦਾ ਔਰ ਡੇਲੀ ਹੀ 8 ਵਜੇ ਲਾਈਵ ਕਲਾਸ ਲੱਗਦੀ ਹੈ ਔਰ ਜਿਹੜੇ ਵੀ ਲੈਕਚਰ ਅਸੀਂ ਲੈਂਦੇ ਆ ਉਹਨਾਂ ਦੀਆਂ ਜੋ ਪੀਡੀਫਸ ਐ ਉਹ ਤੁਹਾਨੂੰ ਟੈਲੀਗ੍ਰam ਦੇ ਉੱਪਰ ਮਿਲ ਜਾਂਦੀਆਂ ਜਿਹੜੇ ਵੀ ਸਟੂਡੈਂਟਸ ਨੇ ਪੀਡੀਫਸ ਲੈਣੀਆਂ ਹੋਣ ਉਹ ਟੈਲੀਗ੍ਰam ਦੇ ਲਿੰਕ ਨੂੰ ਜੁਆਇਨ ਕਰ ਸਕਦੇ ਆ ਅਗਰ ਇੱਥੇ ਨਾ ਮਿਲੇ ਤਾਂ ਵੈਸੀ ਐਰੂਡੀਸ਼ਨ ਸਟੱਡੀਜ਼ ਨੂੰ ਡਾਇਰੈਕਟ ਤੁਸੀਂ ਸਰਚ ਕਰ ਸਕਦੇ ਹੋ ਅਗਰ ਡਾਇਰੈਕਟ ਸਰਚ ਨਹੀਂ ਕਰ ਸਕਦੇ ਤਾਂ ਪੁਰਾਣੇ ਲੈਕਚਰਸ ਦੇ ਵਿੱਚ ਚਲੇ ਜਾਣਾ ਠੀਕ ਹੈ ਔਰ ਉੱਥੇ ਤੁਹਾਨੂੰ ਡੈਫੀਨੇਟਲੀ ਮਿਲ ਜਾਣਗੇ ਸਾਰੇ ਹੀ ਲੈਕਚਰਸ ਠੀਕ ਹੈ ਤਾਂ ਉਸ ਦੇ ਨਾਲ ਨਾਲ نیچے ਡਿਸਕ੍ਰਿਪਸ਼ਨ ਬਾਕਸ ਤੇ ਵੀ ਤੁਹਾਨੂੰ ਲਿੰਕ ਮਿਲ ਜਾਣਗੇ ਪੁਰਾਣੀਆਂ ਸਾਰੀਆਂ ਵੀਡੀਓਜ਼ ਚ ਹੈਗੇ ਆ ਓਕੇ ਨਿਊ ਵਿੱਚ ਕਦੀ ਕਦੀ ਰਹਿ ਜਾਂਦੇ ਆ ਅਪਡੇਟ ਹੋਣੇ ਤਾਂ ਉੱਥੇ ਤੁਸੀਂ ਜੁਆਇਨ ਜ਼ਰੂਰ ਕਰ ਲੈਣਾ ਅੱਜ ਦਾ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਆ ਜੀ ਔਰ ਜਦੋਂ ਵੀ ਅਸੀਂ ਐਸ ਸੈਸ਼ਨ ਦੇ ਵਿੱਚ ਐਮਸੀਕਿਊਜ਼ ਕਰਦੇ ਆ ਤਾਂ ਉਸ ਤੇ ਨਾਲ ਰਿਲੇਟਿਡ ਜਿੰਨੇ ਵੀ ਐਕਸਟਰਾ ਫੈਕਟਸ ਹੁੰਦੇ ਆ ਅਸੀਂ ਉਹਨਾਂ ਨੂੰ ਵੀ ਡਿਸਕਸ ਕਰੀਦਾ ਆ ਰਾਈਟ ਤਾਂ ਫਿਰ ਜਿੰਨੇ ਵੀ ਐਕਸ ਫੈਕਟਸ ਰਹਿੰਦੇ ਆ ਪਲੀਜ਼ ਉਹਨੂੰ ਨਾਲ ਦੇ ਨਾਲ ਨੋਟ ਕਰਦੇ ਰਿਹਾ ਕਰੋ ਓਕੇ ਪਹਿਲਾ ਕੁਐਸਚਨ ਆ ਗਿਆ ਹੁਣ ਤੁਹਾਡੇ ਸਾਹਮਣੇ ਕਰਦਿਆਂ ਸਟਾਰਟ ਹੈਲੋ एवरीवन ਚਲੋ ਕਰੀਏ ਸਟਾਰਟ ਲਾਲ ਸਿੰਘ ਕਮਲਾ ਕਾਲੀ ਦੇ ਜਨਮ ਬਾਰੇ ਤੁਹਾਡਾ ਆਨਸਰ ਆ ਰਿਹਾ ਹੈ ਸੀ ਓਕੇ ਯਾਨੀ ਕਿ 14 ਜੂਨ 1899 ਓ ਓਕੇ ਪੂਨਮ ਜੀ ਵੈਲਕਮ ਟੂ ਐਰੂਡੇਸ਼ਨ ਸਟੱਡੀਜ਼ ਆਈ ਹੋਪ ਤੁਹਾਨੂੰ ਸੈਸ਼ਨ ਅੱਛਾ ਲੱਗੇਗਾ 올 ਰਾਈਟ ਚਲੋ ਹੁਣ ਅਸੀਂ ਦੇਖਿਆ ਪਹਿਲੇ ਦੇ ਵਿੱਚ ਇਹਨਾਂ ਦਾ ਜਨਮ ਹਨਾ ਕਦੋਂ 14 ਜੂਨ 1899 ਅਗਰ ਤੁਹਾਡੇ ਕੋਲੋਂ ਇਹਨਾਂ ਦੇ ਜਨਮ ਦਾ ਸਥਾਨ ਪੁੱਛਿਆ ਜਾਏ ਦਾ ਪਿੰਡ ਰਹੇਗਾ ਪਨੋਹੜ ਜੋ ਕਿ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਹੈਗਾ ਆ ਠੀਕ ਹੈ ਅੱਗੇ ਤੁਹਾਡੇ ਕੋਲ ਪੁੱਛਿਆ ਜਾ ਰਿਹਾ ਹੈ ਲਾਲ ਸਿੰਘ ਕਮਲਾ ਕਾਲੀ ਦੇ ਪਿਤਾ ਜੀ ਦਾ ਕੀ ਨਾਮ ਹੈ ਬਹਾਦਰ ਸਿੰਘ ਭਗਵਾਨ ਭਗਵਾਨ ਸਿੰਘ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 2 ਦੇ ਲਈ ਆਨਸਰ ਕਰੋਗੇ ਜੀ ਸਸ਼ਿਕਲਾਮਨ ਜੀ ਤੁਸੀਂ ਆਨਸਰ ਕਰ ਰਹੇ ਹੋ ਸੀ ਮਤਲਬ ਕਿ ਦੋਨੋਂ ਬਿਲਕੁਲ ਸਹੀ ਹੈ ਹੁਣ ਤੁਹਾਡੇ ਮਾਈਂਡ 'ਚ ਇਹ ਨਹੀਂ ਆਣਾ ਚਾਹੀਦਾ ਕਿ ਦੋ-ਦੋ ਕਿਦਾਂ ਪਾਪਾ ਹੋ ਸਕਦੇ ਨੇ ਰਾਈਟ ਫਾਦਰ ਇੱਕੋ ਹੀ ਹੈ ਜ਼ਿਆਦਾਤਰ ਇਹਨਾਂ ਦਾ ਨਾਮ ਭਗਵਾਨ ਸਿੰਘ ਮਿਲਦਾ ਪਰ ਕਿਤੇ ਕਿਤੇ ਇਹਨਾਂ ਦਾ ਨਾਮ ਬਹਾਦਰ ਸਿੰਘ ਭਗਵਾਨ ਵੀ ਲਿਖਿਆ ਜਾਂਦਾ ਆ ਇਸ ਲਈ ਤੁਸੀਂ ਦੋਨੋਂ ਹੀ ਨਾਮ ਯਾਦ ਰੱਖੋਗੇ ਠੀਕ ਹੈ ਜੀ ਹੁਣ ਇੱਥੇ ਅਸੀਂ ਇਹਨਾਂ ਦੀ ਪੜ੍ਹਾਈ ਬਾਰੇ ਪੜ੍ਹ ਲਾਂਗੇ ਕੁਐਸਚਨ ਮੈਂ 1 ਬਣਾਇਆ ਪਰ ਜਿੰਨੀ ਵੀ ਇਹਨਾਂ ਨੇ ਪੜ੍ਹਾਈ ਕੀਤੀ ਹੈ ਸਾਰੀ ਮੈਂ ਐਕਸਟਰਾ ਫੈਕਟਸ ਵਿੱਚ ਦੱਸ ਦਿੰਨੀ ਆ ਠੀਕ ਹੈ ਤਾਂ ਤੁਸੀਂ ਦੱਸੋ ਫਿਰ ਲਾਲ ਸਿੰਘ ਕਮਲਾ ਕਾਲੀ ਨੇ ਐਲ ਐਲ ਬੀ ਕਦੋਂ ਕੀਤੀ ਹੈ 1910 12 14 ਜਾਂ ਫਿਰ 16 ਕੀ ਆਨਸਰ ਹੋਏਗਾ ਜੀ ਕੁਐਸਚਨ ਨੰਬਰ 3 ਦੇ ਲਈ ਤੁਹਾਡਾ ਆਨਸਰ ਆ ਰਿਹਾ ਹੈ ਡੀ 1916 ਬਿਲਕੁਲ ਸਹੀ ਆਨਸਰ ਹੈ ਹੁਣ ਇਹਨਾਂ ਦੀ ਸਾਰੀ ਪੜਾਈ ਸੁਣ ਲੋ ਫਟਾਫਟ ਠੀਕ ਹੈ ਦੇਖੋ ਪਹਿਲੀ ਗੱਲ میٹرਕ ਕੀਤੀ ਇਹਨਾਂ ਨੇ ਖਾਲਸਾ ਕਾਲਜ ਤੋਂ ਠੀਕ ਹੈ ਜੀ ਸੌਰੀ ਖਾਲਸਾ ਕਾਲਜ ਹਾਈ ਸਕੂਲ ਤੋਂ ਉਸ ਤੋਂ ਬਾਅਦ ਇਹਨਾਂ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਕੀਤੀ ਹੈ ਐਫਐਸਸੀ 1913 ਦੇ ਵਿੱਚ ਇਹ ਕਰਨ ਚਲੇ ਜਾਂਦੇ ਨੇ ਲਾਹੌਰ ਦੇ ਵਿੱਚ ਬੀਐਸਸੀ ਰਾਈਟ ਔਰ 1916 ਦੇ ਵਿੱਚ ਇਹਨਾਂ ਨੇ ਕੀਤੀ ਐਲਐਲਬੀ ਹੈਨਾ ਫਿਰ ਹਲੇ ਵੀ ਇਹਨਾਂ ਨੇ ਪੜਾਈ ਨਹੀਂ ਛੱਡੀ ਔਰ ਇਹਨਾਂ ਨੇ 1928 ਦੇ ਵਿੱਚ ਐਮ ਐਸ ਸੀ ਕੀਤੀ ਹੈ ਓਕੇ ਔਰ ਉਸ ਤੋਂ ਬਾਅਦ ਫਿਰ ਇਹ ਕਾਫੀ ਸਾਰੀਆਂ ਜੌਬਸ ਦੇ ਵਿੱਚ ਵੀ ਜਾਣਗੇ ਜਿੰਨਾ ਬਾਰੇ ਤੁਹਾਡੇ ਕੋਲੋਂ ਚੌਥੇ ਨੰਬਰ ਤੇ ਇੱਕ ਜੌਬ ਪੁੱਛੀ ਵੀ ਗਈ ਹੈ ਕਿ ਇਹਨਾਂ ਨੇ ਕਿਹੜੇ ਅਖਬਾਰ ਦੇ ਵਿੱਚ ਸੰਪਾਦਕੀ ਕੀਤੀ ਹੈ ਤੁਹਾਡਾ ਆਨਸਰ ਆ ਰਿਹਾ ਹੈ ਜ਼ਿਆਦਾਤਰ ਡੀ ਬਟ ਰਾਜੀਵ ਜੀ ਨੇ ਆਨਸਰ ਕੀਤਾ ਹੈ ਬੀ ਹੈਨਾ ਔਰ ਜਿਨ੍ਹਾਂ ਨੇ ਰੋਜ਼ਾਨਾ ਉਰਦੂ अजीत ਦੀ ਗੱਲ ਕੀਤੀ ਹੈ ਉਹਨਾਂ ਦਾ ਬਿਲਕੁਲ ਸਹੀ ਆਨਸਰ ਹੈ ਠੀਕ ਹੈ ਉਸ ਟਾਈਮ ਦੇ ਉੱਪਰ ਜਿਹੜਾ ਅਜੀਤ ਰੋਜ਼ਾਨਾ ਉਰਦੂ ਦੇ ਵਿੱਚ छਪਦਾ ਸੀ ਉੱਥੇ ਇਹਨਾਂ ਨੇ ਜੌਬ ਕੀਤੀ ਹੋਈ ਐ ਠੀਕ ਐ ਪਲੀਜ਼ ਇਹ ਯਾਦ ਰੱਖਣਾ ਔਰ ਇਹ ਉਰਦੂ ਅਜੀਤ ਦੇ ਮੁੱਖ ਸੰਪਾਦਕ ਰਹੇ ਹੋਏ ਨੇ ਓਕੇ ਹੁਣ ਅੱਗੇ ਆ ਗਿਆ ਕਿ ਕਮਲਾ ਕਾਲੀ ਨੇ ਹੇਠਾਂ ਵਿੱਚੋਂ ਕਿਹੜਾ ਫੀਲਡ ਐ ਜਿਸ ਦੇ ਵਿੱਚ ਕੰਮ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਖੇਤੀ ਦੇ ਵਿੱਚ ਰਾਜਨੀਤੀ ਦੇ ਵਿੱਚ ਜਾਂ ਫਿਰ ਵਕਾਲਤ ਔਰ ਸਾਰੇ ਇਹਨਾਂ ਵਿੱਚੋਂ ਕਿੱਥੇ ਕੰਮ ਕੀਤਾ ਹੈ ਕੁਐਸਚਨ ਨੰਬਰ 5 ਦੇ ਲਈ ਆਨਸਰ ਕਰਨਾ ਐ बहुत, बहुत, बहुत है। है? ओके 5 ਲਈ ਤੁਹਾਡਾ ਆਨਸਰ ਆ ਰਿਹਾ ਹੈ ਡੀ ਰਾਈਟ ਬਿਲਕੁਲ ਠੀਕ ਹੈ ਵਕਾਲਤ ਅਤੇ ਸਾਰੀ ਹੁਣ ਇਹਨਾਂ ਸਾਰਿਆਂ ਦੀ ਡਿਟੇਲ ਬਹੁਤ 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 ਜ਼ਿਆਦਾ ਇੰਪੋਰਟੈਂਟ ਹੈ ਠੀਕ ਹੈ ਪਲੀਜ਼ ਇਹਨੂੰ ਧਿਆਨ ਨਾਲ ਸੁਣ ਲੈਣਾ ਸਭ ਤੋਂ ਪਹਿਲਾਂ ਇਹ ਗਵਰਨਮੈਂਟ ਟੈਕਨੀਕਲ ਇੰਸਟੀਚਿਊਟ ਦੇ ਵਿੱਚ ਨਾ ਕਰਮਚਾਰੀ ਰਹੇ ਨੇ ਓਕੇ ਇਸ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਇਹ ਰਹੇ ਕਾਨੂੰਨੀ ਸਲਾਹਕਾਰ ਇਹ ਵੀ ਯਾਦ ਰੱਖੋਗੇ ਔਰ ਉਸ ਤੋਂ ਬਾਅਦ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਕਿ ਰੋਜ਼ਾਨਾ ਉਰਦੂ अजीत ਦੇ ਵਿੱਚ ਵੀ ਸੰਪਾਦਕ ਰਹੇ ਐ ਨਾਲ ਨਾਲ ਇਹਨਾਂ ਦਾ ਰਾਜਨੀਤੀ ਦੇ ਵਿੱਚ ਵੀ ਇੰਟਰਸਟ ਸੀਗਾ ਠੀਕ ਹੈ ਔਰ ਇਹ ਇੱਕ ਵਾਰ ਪੰਜਾਬ ਦੇ ਐਮਐਲਏ ਰਹਿ ਚੁਕੇ ਨੇ ਓਕੇ ਅੱਗੇ ਚੱਲਾਂਗੇ ਤਾਂ ਲੁਧਿਆਣਾ ਦੇ ਵਿੱਚ ਇਹਨਾਂ ਨੇ ਵਕਾਲਤ ਕੀਤੀ ਸੀਗੀ ਪਰ ਵਕਾਲਤ ਦੇ ਨਾਲ-ਨਾਲ ਇਹਨਾਂ ਨੇ ਖੇਤੀਬਾੜੀ ਵੀ ਕੀਤੀ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਕੋਈ ਵੀ ਐਦਾਂ ਦਾ ਕੰਮ ਨਹੀਂ ਹੈ ਜੋ ਕਿ ਲਾਲ ਸਿੰਘ ਕਮਲਾ ਕਾਲੀ ਨੇ ਛੱਡਿਆ ਹੋਵੇ ਰਾਈਟ ਔਰ ਇਹਨਾਂ ਦੀ ਡੈਥ ਦੇ ਬਾਰੇ ਦੇ ਵਿੱਚ 2 ਸਾਲ ਮੰਨੇ ਜਾਂਦੇ ਆ ਕਿਤੇ ਕਿਤੇ 1977 ਮਿਲਦਾ ਹੈ ਔਰ ਕਿਤੇ ਕਿਤੇ 1979 ਮਿਲਦਾ ਹੈ ਤਾਂ ਇਹ ਦੋਨੋਂ ਸਾਲ ਤੁਸੀਂ ਦਿਮਾਗ 'ਚ ਰੱਖਨੇ ਆ ਅੱਗੇ 6ਵੇਂ ਦਾ ਤੁਸੀਂ ਆਨਸਰ ਕਰ ਰਹੇ ਹੋ ਕਿ ਇਹਨਾਂ ਵਿੱਚੋਂ ਲਾਲ ਸਿੰਘ ਕਮਲਾ ਕਾਲੀ ਨੇ ਕਹਾਣੀ ਸੰਗ੍ਰਹਿ ਕਿਹੜਾ ਲਿਖਿਆ ਰਾਈਟ ਓਕੇ ਕਈਆਂ ਨੇ ਸੀ ਆਨਸਰ ਕੀਤਾ ਰਾਜੀਵ ਜੀ ਦਾ ਆਨਸਰ ਆ ਰਿਹਾ ਹੈ ਏ ਰਾਈਟ ਜਿਨ੍ਹਾਂ ਨੇ ਸੀ ਆਨਸਰ ਕੀਤਾ ਹੈ ਠੀਕ ਹੈ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਇਹ ਦੋ ਕਹਾਣੀ ਸੰਗ੍ਰਹਿ ਹੈਗੇ ਆ ਐਦਾਂ ਨਹੀਂ ਹੈ ਐਕਚੁਅਲੀ ਕਹਾਣੀ ਸੰਗ੍ਰਹਿ ਇੱਕੋ ਹੈ ਪਰ ਇੱਕੋ ਦੇ ਹੀ ਦੋ ਨਾਮ ਮੰਨੇ ਜਾਂਦੇ ਨੇ ਠੀਕ ਹੈ ਔਰ ਇਹ ਕਿਆ ਜਾਂਦਾ ਆ ਕਿ ਇਹਨੂੰ ਕਮਲਾ ਅਕਾਲੀ ਵੀ ਕਹਿੰਦੇ ਸੀਗੇ ਔਰ ਐਸੇ ਦਾ ਹੀ ਨਾਮ ਕਿਰਪਾਨ ਦਾ ਸੱਚਾ ਆਸ਼ਕ ਵੀ ਆ ਓਕੇ ਪਹਿਲੀ ਚੀਜ਼ ਦਾ ਇਹ ਪਤਾ ਚੱਲ ਗਈ ਕਿ ਇੱਕੋ ਦੇ ਦੋ ਨਾਮ ਹੈਗੇ ਆ ਔਰ ਇਹਨੂੰ ਨਾ ਇੱਕ ਲੇਖਕ ਨੇ ਜੋ ਕਿ ਪੰਜਾਬੀ ਦੀ ਨਿੱਕੀ ਕਹਾਣੀ ਮੰਨਦੇ ਆ ਔਰ ਇੱਕ ਹੀ ਕਿਉਂ ਜਿੱਦਾਂ ਇਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੀਰਾ ਸਿੰਘ ਦਰਦ ਨੇ ਇਹਨਾਂ ਨੂੰ ਪੰਜਾਬ ਦੀ ਨਿੱਕੀ ਕਹਾਣੀ ਮੰਨਿਆ ਹੈ ਨਾ ਤਾਂ ਇੱਕ ਕਿਤਾਬ ਹੈ ਜਿਸ ਦੇ ਵਿੱਚ ਹੀਰਾ ਸਿੰਘ ਦਰਦ ਨੇ ਇਸ ਬਾਰੇ ਗੱਲ ਕੀਤੀ ਹੈ ਕਿਤਾਬ ਦਾ ਨਾਮ ਕੀ ਹੈ ਜੀ ਸਤਵੇਂ ਦਾ ਤੁਸੀਂ ਆਨਸਰ ਕਰ ਰਹੇ ਹੋ ਬੀ ਯਾਨੀ ਕਿ ਪੰਜਾਬੀ ਸੱਦਨਾ ਬਿਲਕੁਲ ਠੀਕ ਹੈ ਤਾਂ ਹੁਣ ਇਹ ਤੇ ਤੁਸੀਂ ਯਾਦ ਰੱਖੋਗੇ ਕਿ ਕਿ ਨਾ ਨੇ ਬੋਲਿਆ ਪੰਜਾਬੀ ਸੱਦਨਾ ਵਿੱਚ ਕਿ ਕਿਰਪਾਨ ਦਾ ਸੱਚਾ ਆਸ਼ਕ ਪੰਜਾਬੀ ਦੀ ਪਹਿਲੀ ਨਿੱਕੀ ਕਹਾਣੀ ਹੈ ਪਰ ਸਾਰੇ ਸਾਹਿਤਕਾਰ ਨਹੀਂ ਠੀਕ ਮੰਨਦੇ ਓਕੇ ਹੀਰਾ ਸਿੰਘ ਦਰਦਮੰਦੇ ਹਨ ਤੇ ਕੁਛ ਇਕਾ ਦੁਕਾ ਹੋਰ ਮੰਨਦੇ ਨੇ ਓਕੇ ਔਰ 1921 ਦੇ ਵਿੱਚ ਇਹਨਾਂ ਦੀ ਇਹ ਕਹਾਣੀ ਛਪੀ ਸੀਗੀ ਰਾਈਟ ਇਹ ਵੀ ਤੁਸੀਂ ਨਾਲ ਦੇ ਨਾਲ ਯਾਦ ਰੱਖ ਲੈਣਾ ਓਕੇ ਔਰ ਜਿਸ ਵਾਰੀ ਆਪਾਂ ਹੁਣੇ ਗੱਲ ਕੀਤੀ ਪੰਜਾਬੀ ਸੱਦਨਾ ਇੱਕ ਸੰਪਾਦਿਤ ਕਹਾਣੀ ਸੰਗ੍ਰਹਿ ਹੈਗਾ ਓਕੇ ਜੀ ਅੱਗੇ 8ਵਾਂ ਦੱਸੋ ਲਾਲ ਸਿੰਘ ਕਮਲਾ ਕਾਲੀ ਦੇ ਕਿਸ ਕਹਾਣੀ ਨੂੰ ਪੰਜਾਬੀ ਦੀ ਪਹਿਲੀ ਕਹਾਣੀ ਮੰਨਿਆ ਜਾਂਦਾ ਹੈ ਹਾਂਜੀ ਹੁਣ ਇੱਥੇ ਆ ਗਿਆ ਕਿ ਓਵਰਆਲ ਵਿਊ ਕਿਹੜਾ ਆ ਠੀਕ ਹੈ ਹਾਂਜੀ 8ਵੇਂ ਦਾ ਆਨਸਰ ਤੁਸੀਂ B ਕਰਨਾ ਸਟਾਰਟ ਕੀਤਾ ਹੈ ਹਰਜੀਤ ਜੀ ਦਾ ਆਨਸਰ C ਆਇਆ ਹੈ ਅਮਨ ਜੀ ਦਾ ਵੀ C ਆਇਆ ਹੈ ਰਾਈਟ ਹੁਣ ਅਤੇ B ਤੇ C ਤੁਸੀਂ ਪਤਾ ਕਿਉਂ ਕਨਫਿਊਜ਼ ਹੋਗੇ ਕਿਉਂਕਿ ਸਟਾਰਟਿੰਗ ਸੇਮ ਹੈ ਰਾਈਟ ਜਿਨ੍ਹਾਂ ਨੇ ਵੀ C ਆਨਸਰ ਕੀਤਾ ਸਰਬਲੋ ਦੀ ਵੋਟੀ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ ओके okay, देखो 1926 ਦੇ ਵਿੱਚ ਇਸ ਨੂੰ ਛਾਪਿਆ ਗਿਆ ਸੀਗਾ ਕਦੋਂ 1926 ਵਿੱਚ ਠੀਕ ਹੈ ਇਸ ਕਹਾਣੀ ਨੂੰ ਔਰ ਇਹਨੂੰ ਪੰਜਾਬੀ ਦੀ ਪਹਿਲੀ ਕਹਾਣੀ ਮੰਨਿਆ ਜਾਂਦਾ ਹੈ ਤਾਂ ਇਹ ਦੋਨੋਂ ਕੁਐਸਚਨ ਅਲੱਗ-ਅਲੱਗ ਹੋਗੇ ਹੀਰਾ ਸਿੰਘ ਦਰਦ ਪੰਜਾਬੀ ਦੀ ਛੋਟੀ ਕਹਾਣੀ ਕਮਲਾ ਕਾਲੀ ਜਾਂ ਕਿਰਪਾਨ ਦਾ ਸੱਚਾ ਆਸ਼ਕ ਨੂੰ ਮੰਨਦੇ ਐ ਔਰ 1926 ਵਿੱਚ ਛਪੀ ਸਰਬਲੋਹ ਦੀ ਵੋਟੀ ਇਹਨੂੰ ਪੰਜਾਬੀ ਦੀ ਪਹਿਲੀ ਕਹਾਣੀ ਮੰਨਿਆ ਜਾਂਦਾ ਆ ਓਕੇ ਰਾਈਟ ਨਾਇੰਥ ਦੇਖੋ ਲਾਲ ਸਿੰਘ ਕਮਲਾ ਕਾਲੀ ਨੇ ਕਿਹੜੇ ਸਿਰਲੇਖ ਦੇ ਹੇਠ ਸਫਰਨਾਮਾ ਲਿਖ ਕੇ ਸਫਰਨਾਮਾ ਲਿਖਣ ਦੀ ਸ਼ੁਰੂਆਤ ਕੀਤੀ ਹੈ ਸਟਾਰਟਿੰਗ ਯਾਨੀ ਕਿ ਪਹਿਲਾ ਦੱਸਣਾ ਪਏਗਾ ਇਸ ਦਾ ਮਤਲਬ ਰਾਈਟ ਤੁਸੀਂ ਆਨਸਰ ਕਰ ਰਹੇ ਹੋ ਏ ਮੇਰਾ ਵਲੈਤੀ ਸਫਰਨਾਮਾ ਬਿਲਕੁਲ ਸਹੀ ਹੈ ਔਰ ਮੇਰਾ ਵਲੈਤੀ ਸਫਰਨਾਮਾ ਜਦੋਂ ਇਹਨਾਂ ਨੇ ਲਿਖਿਆ ਸੀਗਾ ਉਹ ਸਾਲ ਰਹੇਗਾ 1930 ਦਾ ਸਾਲ ਠੀਕ ਹੈ ਜੀ ਔਰ ਇਸ ਦੇ ਨਾਲ ਨਾਲ ਇਹ ਵੀ ਯਾਦ ਰੱਖ ਲੈਣਾ ਕਿ ਮੇਰਾ ਵਲੈਤੀ ਸਫਰਨਾਮਾ ਨੂੰ ਜਿੰਨੇ ਵੀ ਭਾਗਾਂ ਚਾਪਿਆ ਗਿਆ ਅੱਗੇ ਕੁਐਸਚਨ ਆਣਾ ਹੈ ਇਸ ਲਈ ਮੈਂ ਨਹੀਂ ਬੋਲ ਰਹੀ ਓਕੇ ਤਾਂ ਉਹਦੇ ਵਿੱਚ ਇਹਨਾਂ ਨੇ ਆਪਣੇ ਇੰਗਲੈਂਡ ਦੀ ਫੇਰੀ ਦਾ ਜ਼ਿਕਰ ਕੀਤਾ ਆ ਠੀਕ ਹੈ ਇੰਗਲੈਂਡ ਵਿੱਚ ਇਹ ਘੁੰਮ ਕੇ ਆਏ ਸੀ ਰਾਈਟ ਅਗਲਾ ਕੁਐਸਚਨ ਹੇਠਾਂ ਵਿੱਚੋਂ ਕਿਹੜਾ ਲਾਲ ਸਿੰਘ ਕਮਲਾ ਕਾਲੀ ਦਾ ਵਾਰਤਕ ਸੰਗ੍ਰਹਿ ਹੈ ਮੋਤ ਰਾਣੀ ਦਾ ਕੁੰਡ ਜੀਵਨ ਨੀਤੀ ਮਨ ਦੀ ਮੋਜ ਭਾਰਤ ਦੇ ਭਰਪੂਰ ਪੰਡਾਰੇ ਅਤੇ ਸਾਰੇ ਵੈਰੀ ਗੁੱਡ ਦਸਵੇਂ ਦਾ ਆਨਸਰ ਜਿਨ੍ਹਾਂ ਨੇ ਡੀ ਕੀਤਾ ਬਿਲਕੁਲ ਸਹੀ ਹੈ ਇਹ ਸਾਰੇ ਦੇ ਸਾਰੇ ਹੀ ਇਹਨਾਂ ਦੇ ਚਾਰ ਵਾਰਤਕ ਸੰਗ੍ਰਹਿ ਹੈਗੇ ਨੇ ਠੀਕ ਹੈ ਇਹਨਾਂ ਸਾਰਿਆਂ ਦਾ ਨਾਮ ਅੱਛੀ ਤਰ੍ਹਾਂ ਯਾਦ ਰੱਖਣਾ ਓਕੇ ਹੁਣ ਇਹ ਆ ਗਿਆ ਉਹ ਵਾਲਾ ਕੁਐਸ਼ਨ ਜਿਸ ਬਾਰੇ ਮੈਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਕਿ ਮੇਰਾ ਵਲੈਤੀ ਸਫਰਨਾਮਾ ਦੇ ਭਾਗ ਕਿੰਨੇ ਨੇ 1 2 3 ਜਾਂ ਫਿਰ 4 ਠੀਕ ਹੈ ਹਲੋ ਮਨੀਜੀ ਓਕੇ ਜੇ ਤੁਸੀਂ ਸਭ ਤੋਂ ਪਹਿਲੇ ਭਾਗ ਦੀ ਗੱਲ ਕਰਦੇ ਹੋ ਕਿਉਂਕਿ ਇੱਕ ਤਾਂ ਹੋਊਗਾ ਹੀ ਇਸ ਤੋਂ ਨੀਚੇ ਤਾਂ ਮੈਂ ਬੋਲਿਆ ਵੀ ਨਹੀਂ ਕੁਝ ਰਾਈਟ ਉਹ छਪਿਆ ਸੀਗਾ ਜਾ ਕੇ 1931 ਵਿੱਚ ਹੁਣ ਜਲਦੀ ਜਲਦੀ ਦੱਸੋ ਜੀ ਸロー ਕਰਨੀ ਹੈ ਸਪੀਡ ਓਕੇ ਮੈਂ ਤਾਂ ਤੁਹਾਡੇ ਕਰਕੇ ਥੋੜੀ ਤੇਜ਼ ਕੀਤੀ ਹੋਈ ਸੀ ਓਕੇ ਹੁਣ ਮੈਂ ਆਰਾਮ ਨਾਲ ਕਰਦੀਆਂ No problem ਯਾ 11ਵਾਂਵਾਂ ਅਨਸਰ ਤੁਸੀਂ ਕੀਤਾ ਬੀ ਵੈਰੀ ਗੁੱਡ ਯਾਨੀ ਕਿ ਤੁਸੀਂ 2 ਬੋਲ ਰਹੇ ਹੋ ਸਹੀ ਹੈ ਹੁਣ ਦੋ ਬਾਰੇ ਮੈਂ ਜਲਦੀ ਜਲਦੀ ਦੱਸ ਦਿਆਂ ਹੈਨਾ ਠੀਕ ਹੈ ਜਲਦੀ ਜਲਦੀ ਨਹੀਂ ਮਤਲਬ ਆਰਾਮ ਨਾਲ ਡੋਨਟ ਵਰੀ ਚਲੋ ਜਿਹੜਾ ਇਹਨਾਂ ਦਾ ਪਹਿਲਾ ਭਾਗ ਹੈ ਉਹ ਛਪਿਆ 1931 ਜਿਹੜਾ ਦੂਸਰਾ ਭਾਗ ਹੈ ਉਹ ਛਪਿਆ 1933 ਦੇ ਵਿੱਚ ਹੈਨਾ ਦੂਸਰੀ ਚੀਜ਼ ਕਿਹੜੀ ਯਾਦ ਰੱਖਣੀ ਹੈ ਕਿ ਇਸ ਦੇ ਵਿੱਚ ਇਹਨਾਂ ਨੇ ਆਪਣੇ ਇੰਗਲੈਂਡ ਦੀ ਯਾਤਰਾ ਦੇ ਬਾਰੇ ਦੇ ਵਿੱਚ ਵਰਣਨ ਕੀਤਾ ਆ ਦੋ ਚੀਜ਼ਾਂ ਹੋ ਗਈਆਂ ਤੀਸਰੀ ਚੀਜ਼ ਯਾਦ ਰੱਖਣੀ ਹੈ ਕਿ ਇਹਦੇ ਵਿੱਚ ਇਹਨਾਂ ਨੇ ਭਾਰਤ ਔਰ ਪੱਛਮੀ ਦੇਸ਼ ਜਿਹੜੇ ਹੈਗੇ ਆ ਉਹਨਾਂ ਦੋਨਾਂ ਦੇ ਸੱਭਿਆਚਾਰ ਦੀ ਤੁਲਨਾ ਕੀਤੀ ਹੈ ਠੀਕ ਹੈ ਔਰ ਅਲੱਗ-ਅਲੱਗ ਕਾਂਡ ਇਸ ਦੇ ਵਿੱਚ ਸ਼ਾਮਿਲ ਕੀਤੇ ਨੇ ਠੀਕ ਹੈ 12ਵਾਂ ਕੁਐਸਚਨ ਮੇਰਾ ਬਲੈਤੀ ਸਫਰਨਾਮਾ ਵਿੱਚ ਹੁਣ ਕਾਂਡ ਦੱਸਨੇ ਨੇ ਕਿੰਨੇ ਆ ਤੁਸੀਂ ਆਨਸਰ ਕਰ ਰਹੇ ਹੋ ਸੀ ਓਕੇ ਪੂਨਮ ਜੀ ਨੇ ਕੀਤਾ 10 8 19 ਠੀਕ ਹੈ ਦੇਖੋ 19 ਬਿਲਕੁਲ ਠੀਕ ਹੈ ਪਰ 19 ਹੈ ਕਿਹੜੇ ਤਰੀਕੇ ਦੇ ਨਾਲ ਐਂ ਦੇ ਵਿੱਚ ਥੋੜੀ ਜਿਹੀ ਗੜਬੜ ਹੋਈ ਆ ਠੀਕ ਹੈ ਉਹ ਮੈਂ ਦੱਸ ਦਿੰਨੀ ਆ ਕਿਸ ਤਰ੍ਹਾਂ ਐਂ ਦੇ ਜਿਹੜੇ ਟੋਟਲ ਭਾਗ ਨੇ ਉਹ ਮੰਨੇ ਜਾਂਦੇ ਆ 19 ਪਹਿਲੇ ਦੇ ਵਿੱਚ 10 ਕਾਂਡ ਹੈਗੇ ਆ ਔਰ ਦੂਸਰੇ ਦੇ ਵਿੱਚ 9 ਕਾਂਡ ਹੈਗੇ ਨੇ ਠੀਕ ਹੈ ਤਾਂ ਸਾਡੇ ਕੋਲ ਟੋਟਲ ਪੁੱਛਿਆ ਗਿਆ ਸੀ ਅਸੀਂ ਉਹ ਦੱਸ ਦਿੱਤਾ ਹੈਨਾ ਅੱਗੇ ਹੈ ਮੇਰਾ ਆਖਰੀ ਸਫਰਨਾਮਾ ਇਸ ਨੂੰ ਕਦੋਂ ਪ੍ਰਕਾਸ਼ਿਤ ਕੀਤਾ ਗਿਆ ਜਦ ਤੱਕ ਤੁਸੀਂ ਇਹਨਾਂ ਬਾਰੇ ਦੱਸੋਗੇ ਤਦ ਤੱਕ ਮੈਂ ਤੁਹਾਨੂੰ ਦੱਸ ਦਿਆਂ ਇਹਨਾਂ ਨੇ ਸੈਲਾਨੀ ਦੇਸ਼ ਭਗਤ ਨਾਮ ਦੇ ਉੱਪਰ ਇੱਕ ਨਾ ਰਚਨਾ ਕੀਤੀ ਸੀ ਠੀਕ ਹੈ ਐਨ ਦੇ ਵਿੱਚ ਇਹਨਾਂ ਨੇ ਆਪਣੀਆਂ ਯਾਦਾਂ ਦਾ ਵਰਣਨ ਕੀਤਾ ਪਹਿਲੀ ਚੀਜ਼ ਓਕੇ ਔਰ ਇਹ ਹਰਨਾਮ ਸਿੰਘ ਲੰਡਾ ਦੇ ਉੱਪਰ ਆਧਾਰਿਤ ਇੱਕ ਪੁਸਤਕ ਹੈਗੀ ਆ ਓਕੇ ਅਗਲਾ ਹੁਣ ਤੁਸੀਂ ਦੱਸੋ ਆਖਰੀ ਸਫਰਨਾਮਾ ਇਹਨਾਂ ਦਾ ਪਹਿਲਾ ਕਿਹੜਾ ਆ ਮੇਰਾ ਵਲੈਤੀ ਸਫਰਨਾਮਾ ਠੀਕ ਹੈ ਪਰ ਆਖਰੀ ਇਹਨਾਂ ਦਾ ਕਿਹੜਾ ਆਏਗਾ ਮੇਰਾ ਆਖਰੀ ਸਫਰਨਾਮਾ ਓਕੇ ਤੁਸੀਂ ਆਨਸਰ ਕਰ ਰਹੇ ਹੋ ਇਹ ਮਤਲਬ 1980 ਦੇ ਵਿੱਚ ਪ੍ਰਕਾਸ਼ਿਤ ਹੋਇਆ ਬਿਲਕੁਲ ਸਹੀ ਹੈ ਤਾਂ ਤੁਹਾਡੇ ਕੋਲੋਂ ਕੀ ਐਦਾਂ ਦਾ ਵੀ ਕੁਐਸਚਨ ਪੁੱਛਿਆ ਜਾ ਸਕਦਾ ਨਾ ਕਿ ਕਿਹੜਾ ਸਫਰਨਾਮਾ ਹੈ ਜੋ ਕਿ ਇਹਨਾਂ ਦਾ ਮਤਲਬ ਬਾਅਦ ਦੇ ਵਿੱਚ ਛਪਿਆ ਤਾਂ ਇਹ ਆਂਦਾ ਹੈ 1980 ਵਿੱਚ ਠੀਕ ਹੈ ਔਰ ਇਹ ਇਹਨਾਂ ਦੀ ਮੌਤ ਤੋਂ ਬਾਅਦ ਛਪਦਾ ਹੈ ਰਾਈਟ ਇਹ ਬਹੁਤ ਇੰਪੋਰਟੈਂਟ ਕੁਐਸਚਨ ਰਹੇਗਾ ਯਾਦ ਰੱਖਣਾ ਰਾਈਟ ਹੁਣ ਇਹਤੇ ਪੁੱਛਿਆ ਜਾ ਰਿਹਾ ਹੈ ਕਿ ਆਖਰੀ ਸਫਰਨਾਮਾ ਦੇ ਵਿੱਚ ਇਹਨਾਂ ਨੇ ਕਿਹੜੀ ਯਾਤਰਾ ਦਾ ਵਰਣਨ ਕੀਤਾ ਜਦੋਂ ਅਸੀਂ ਕੀਤਾ ਸੀ ਮੇਰਾ ਵਲਾਈਤੀ ਸਫਰਨਾਮਾ ਅਸੀਂ ਉਦੋਂ ਦੇਖਿਆ ਕਿ ਇਹਨਾਂ ਨੇ ਇੰਗਲੈਂਡ ਦੀ ਯਾਤਰਾ ਬਾਰੇ ਗੱਲ ਕੀਤੀ ਹੈ ਹੈਨਾ ਤੇ ਆਖਰੀ ਸਫਰਨਾਮਾ ਦੇ ਵਿੱਚ ਇਹਨਾਂ ਨੇ ਤਸੀਂ ਆਨਸਰ ਕੀਤਾ 14 ਦਾ ਬੀ ਹੈ ਨਾ ਅਮਰੀਕਾ ਬਿਲਕੁਲ ਸਹੀ ਹੈ ਦੋਨੋਂ ਸਫਰਨਾਮੇ ਯਾਦ ਰੱਖੋਗੇ ਔਰ ਐਡੇ ਦੇ ਉੱਪਰ ਹੀ ਹੈਗਾ ਆਖਰੀ ਸਫਰਨਾਮਾ ਔਰ ਐਡੇ ਦੇ ਉੱਪਰ ਹੀ ਹੈਗਾ ਅਮਰੀਕਾ ਠੀਕ ਹੈ ਇਸ ਤਰ੍ਹਾਂ ਯਾਦ ਰੱਖ ਸਕਦੇ ਹੋ ਨਾ ਓਕੇ ਡਨ ਠੀਕ ਹੈ ਤਾਂ ਇਹਦੇ ਵਿੱਚ ਜਦੋਂ ਇਹਨਾਂ ਨੇ ਅਮਰੀਕਾ ਦੀ ਯਾਤਰਾ ਕੀਤੀ ਸੀ ਨਾ ਉਸ ਦੇ ਬਾਰੇ ਵਿੱਚ ਵਰਣਨ ਕੀਤਾ ਹੈ ਇਹ 1972 ਦੇ ਵਿੱਚ ਉੱਥੇ ਘੁੰਮਣ ਗਏ ਸੀ ਔਰ ਉਸ ਦਾ ਜ਼ਿਕਰ ਫਿਰ ਇਹਦੇ ਵਿੱਚ ਕੀਤਾ ਗਿਆ ਰਾਈਟ ਹੁਣ ਪੁੱਛਿਆ ਜਾ ਰਿਹਾ ਹੈ ਕਿ ਮੇਰਾ ਆਖਰੀ ਸਫਰਨਾਮਾ ਦੇ ਵਿੱਚ ਕਿੰਨੇ ਕਾਂਡ ਹੈਗੇ ਨੇ ਗੁੱਡ ਈਵਨਿੰਗ ਮਾਨ ਜੀ ਹਾਂਜੀ ਕਿੰਨੇ ਕਾਂਡ ਹੈ 9 10 11 ਜਾਂ ਫਿਰ 12 15 ਦਾ ਤੁਸੀਂ ਆਨਸਰ ਕਰ ਰਹੇ ਹੋ ਵੀ ਮਤਲਬ ਕਿ 10 ਹੈਨਾ ਐਬਸੋਲੂਟਲੀ ਰਾਈਟ ਇਸ ਦੇ ਵਿੱਚ ਟੋਟਲ 10 ਕਾਂਡ ਹੀ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਓਕੇ ਅੱਗੇ ਮੋਤ ਰਾਣੀ ਦਾ ਕੁੰਡ ਇਹ ਕਿਸ ਤਰ੍ਹਾਂ ਦੀ ਰਚਨਾ ਹੈ ਸਮਾਜਵਾਦੀ ਸੁਧਾਰਵਾਦੀ ਦਾਰਸ਼ਨਿਕ ਜਾਂ ਫਿਰ ਰੂੜੀਵਾਦੀ ਏ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦੇ ਵਿੱਚ ਨਾ ਲੇਖ ਸ਼ਾਮਿਲ ਕੀਤੇ ਗਏ ਨੇ ਠੀਕ ਹੈ ਔਰ ਐਨਾ ਲੇਖਾਂ ਦੇ ਵਿੱਚ ਟੋਟਲ ਕਿੰਨੇ ਲੇਖ ਹੈ ਜੀ 11 ਲੇਖ ਤੁਹਾਨੂੰ ਮੋਤ ਰਾਣੀ ਦਾ ਕੁੰਡ ਦੇ ਵਿੱਚ ਦਿਖਣਗੇ ਓਕੇ ਹੁਣ ਤੁਸੀਂ ਆਨਸਰ ਕਰਨਾ ਹੈ ਕਿ ਰਚਨਾ ਕਿਸ ਤਰ੍ਹਾਂ ਦੀ ਹੈ ਮੋਤ ਰਾਣੀ ਦਾ ਕੁੰਡ ਜੀ ਦੇਖੋ ਮੋਤ ਰਾਣੀ ਦੇ ਦਰਸ਼ਨ ਕਰਨਾ ਚਾਹੁੰਦਾ ਹੈ ਕੋਈ ਨਹੀਂ ਨਾ ਕੋਈ ਵੀ ਨਹੀਂ ਤਾਂ ਦਰਸ਼ਨ ਤੋਂ ਤੁਸੀਂ ਯਾਦ ਰੱਖੋਗੇ ਦਾਰਸ਼ਨਿਕ ਓਕੇ ਤਾਂ ਮੋਹਤਰਾਨੀ ਦਾ ਕੁੰਡ ਚੁੱਕ ਕੇ ਕੋਈ ਵੀ ਇਹਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ ਓਕੇ ਤਾਂ ਇਹਦੇ ਤੋਂ ਤੁਹਾਨੂੰ ਦਾਰਸ਼ਨਿਕ ਉਹਨੂੰ ਭੁੱਲੇਗਾ ਨਹੀਂ ਰਾਈਟ ਔਰ ਕਿੰਨੇ ਹੈਗੇ ਨੇ ਇਹਦੇ ਵਿੱਚ 11 ਲੇਖ ਹੈਗੇ ਨੇ ਓਕੇ ਥੈਂਕ ਯੂ ਰਾਜਵੀਰ ਜੀ ਅੱਗੇ ਚੱਲਦੇ ਹਾਂ 17th ਕੁਐਸਚਨ ਜੀਵਨ ਨੀਤੀ ਦੇ ਵਿੱਚ ਕੁੱਲ ਕਿੰਨੇ ਲੇਖ ਸ਼ਾਮਿਲ ਕੀਤੇ ਗਏ ਨੇ ਤਾਂ ਇਹਦੇ ਤੋਂ ਕੀ ਪਤਾ ਚੱਲਿਆ ਪਹਿਲੀ ਚੀਜ਼ ਲੇਖ ਸ਼ਾਮਿਲ ਹੈ ਯਾਨੀ ਕਿ ਇਹ ਲੇਖਾਂ ਦਾ ਸੰਗ੍ਰਹਿ ਹੈਗਾ ਯਾਰ ਰਾਈਟ ਔਰ ਜੀਵਨ ਨੀਤੀ ਹੈ ਤਾਂ ਇਸ ਦੇ ਵਿੱਚ ਜੀਵਨ ਦੇ ਨਾਲ ਸੰਬੰਧਿਤ ਲੇਖ ਹੈ ਜਿਨ੍ਹਾਂ ਨੂੰ ਕਿ ਸ਼ਾਮਿਲ ਕੀਤਾ ਗਿਆ ਠੀਕ ਹੈ ਤਾਂ ਕੁੱਲ ਕਿੰਨੇ ਲੇਖ ਸ਼ਾਮਿਲ ਨੇ 17 18 19 ਜਾਂ ਫਿਰ 20 17 ਦਾ ਤੁਸੀਂ ਆਨਸਰ ਕੀਤਾ ਸੀ ਮਤਲਬ 19 ਬਿਲਕੁਲ ਸਹੀ ਆਨਸਰ ਹੈ ਅੱਗੇ ਆ ਜਾਂਦੀ ਹੈ ਨੈਕਸਟ ਰਚਨਾ ਕਥਨੀ ਊਰੀ ਤੇ ਕਰਨੀ ਪੂਰੀ ਇਹਦੇ ਵਿੱਚ ਉਹਨਾਂ ਨੇ ਕਿਸ ਦਾ ਵਰਣਨ ਕੀਤਾ ਵੰਡ ਤੋਂ ਬਾਅਦ ਦੇ ਸਮੇਂ ਦਾ ਵੰਡ ਤੋਂ ਪਹਿਲਾਂ ਦਾ गणतंत्र दिवस ਤੋਂ ਬਾਅਦ ਦਾ ਜਾਂ ਫਿਰ ਇਹਨਾਂ ਸਾਰਿਆਂ ਦਾ ਹੀ ਵਰਣਨ ਇਸ ਦੇ ਵਿੱਚ ਸ਼ਾਮਿਲ ਹੈ ਹਾਂਜੀ ਕੁਐਸ਼ਨ ਨੰਬਰ 18 ਦੇ ਲਈ ਆਨਸਰ ਕਰੋ ਕੀ ਹੋਏਗਾ ਜੀ ਕਥਨੀ ਊਰੀ ਤੇ ਕਰਨੀ ਪੂਰੀ ਦੇ ਲਈ ਕਿਸ ਦਾ ਵਰਣਨ ਮਿਲੇਗਾ ਜੀ ਕੁਐਸ਼ਨ ਨੰਬਰ 18 ਔਰ ਇਹਦੇ ਵਿੱਚ ਜਿਹੜਾ ਵੀ ਵਰਣਨ ਹੈ ਨਾ ਆ 18 ਦਾ ਆਨਸਰ ਤੁਸੀਂ ਕੀ ਲਗਾ ਰਹੇ ਹੋ ਅੱਛਾ a ਲਗਾ ਰਹੇ ਹੋ ਵੈਰੀ ਗੁੱਡ ਵੰਡ ਤੋਂ ਬਾਅਦ ਦਾ ਇਹਨਾਂ ਨੇ ਇਹਨ ਦੇ ਵਿੱਚ ਦੱਸਿਆ ਆ ਕਿ ਵੰਡ ਤੋਂ ਬਾਅਦ ਸਾਡਾ ਸਮਾਜਿਕ ਜੀਵਨ ਕਿਸ ਤਰ੍ਹਾਂ ਦਾ ਹੋ ਗਿਆ ਸਾਡਾ ਆਰਥਿਕ ਜੀਵਨ ਕਿਸ ਤਰ੍ਹਾਂ ਦਾ ਹੋ ਗਿਆ ਔਰ ਸਾਡੇ ਦੇਸ਼ ਦੇ ਵਿੱਚ ਪ੍ਰਬੰਧਕੀ ਜੀਵਨ ਕਿਸ ਤਰ੍ਹਾਂ ਦਾ ਸੀ ਠੀਕ ਹੈ ਇਸ ਸਾਰੇ ਬਾਰੇ ਗੱਲ ਕੀਤੀ ਹੈ ਕਥਨੀ ਊਰੀ ਤੇ ਕਰਨੀ ਪੂਰੀ ਵਿੱਚ ਓਕੇ 20th ਕੁਐਸ਼ਨ ਲਾਲ ਸਿੰਘ ਕਮਲਾ ਕਾਲੇ ਦੀਆਂ ਰਚਨਾਵਾਂ ਦੇ ਵਿੱਚ ਕਿਸ ਭਾਸ਼ਾ ਦਾ ਪ੍ਰਭਾਵ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਮਾਜੀ ਮਲਬਈ ਪੁਆਦੀ ਜਾਂ ਫਿਰ ਪੋਠੋਹਾਰੀ ਹਾਂਜੀ ਜੀ ਕੁਐਸ਼ਨ ਨੰਬਰ 20 ਦੇ ਲਈ ਆਨਸਰ ਕਰੋ ਤਸੀ ਕਾਰਯੋ ਬੀ ਮਤਲਬ ਮਲਵਈ ਬਿਲਕੁਲ ਸਹੀ ਹੈ ਲਾਲ ਸਿੰਘ ਕਮਲਾ ਕਾਲੀ ਦੇ ਜਿਹੜੀਆਂ ਰਚਨਾਵਾਂ ਹੈ ਉਸ ਦੇ ਵਿੱਚ ਮਲਵਈ ਭਾਸ਼ਾ ਮਿਲੇਗੀ ਓਕੇ ਅੱਗੇ ਚੱਲਦੇ ਹਾਂ ਹੁਣ ਸਾਡੇ ਕੋਲ ਆ ਜਾਂਦੇ ਆ ਸੁਭਾ ਸਿੰਘ ਠੀਕ ਹੈ ਪਰ ਇੱਥੇ ਮੈਂ ਤੁਹਾਨੂੰ ਥੋੜੀ ਜੀ ਚੀਜ਼ ਦੱਸਦੇ ਹਾਂ ਕਿ ਮਲਵਈ ਤਾਂ ਹੈ ਹੀ ਪਰ ਜੇ ਤੁਹਾਡੇ ਕੋਲ ਇਹਨਾਂ ਦੀ ਸ਼ੈਲੀ ਪੁੱਛੀ ਜਾਏ ਤਾਂ ਇਹ ਵਿਅੰਗਮਈ ਸ਼ੈਲੀ ਦੀ ਜ਼ਿਆਦਾ ਵਰਤੋਂ ਕਰਦੇ ਨੇ ਠੀਕ ਹੈ ਨਾ ਹੁਣ ਅਗਲੇ ਸਾਡੇ ਰਾਈਟਰ ਸ਼ੁਰੂ ਹੋ ਜਾਂਦੇ ਐ ਸੂਬਾ ਸਿੰਘ ਕਿਉਂਕਿ ਮੈਂ ਨਹੀਂ ਚਾਹਦੀ ਸੀਗੀ ਕਿ ਤੁਹਾਡਾ ਇੱਕ ਦਿਨ ਵੇਸਟ ਹੋਏ ਠੀਕ ਹੈ ਅਗਰ ਅਸੀਂ ਇੱਕ ਦਿਨ ਵਿੱਚ ਦੋ ਕਰ ਸਕਦੇ ਆ ਛੋਟਾ ਟੌਪਿਕ ਐ ਤਾਂ ਵਾਈ ਨਾਟ ਰਾਈਟ ਹੁਣ ਇੱਥੇ ਸੂਬਾ ਸਿੰਘ ਦਾ ਤੁਸੀਂ ਜਨਮ ਦੱਸੋਗੇ ਤੁਸੀਂ ਦੱਸ ਰਹੇ ਹੋ 20 ਮਤਲਬ 1915 ਬਿਲਕੁਲ ਸਹੀ ਐ ਔਰ ਇੱਥੇ ਨਾ ਕਿਤੇ ਕਿਤੇ ਤੁਹਾਨੂੰ 1912 ਵੀ ਦੇਖਣ ਨੂੰ ਮਿਲਦਾ ਪਰ ਜ਼ਿਆਦਾ ਪਰਮਾਨਿਕ ਕਿਹੜਾ ਆ 1915 ਠੀਕ ਐ ਔਰ 1915 ਦੇ ਵਿੱਚ ਡੇਟ ਯਾਦ ਰੱਖ ਲੈਣਾ 15 ਮਈ 1915 ਇਹ ਤਾਂ ਵੈਸੇ ਯਾਦ ਰਹਿ ਜੇਗੀ ਇੱਥੇ ਵੀ 15 ਆ ਇੱਥੇ ਵੀ 15 ਠੀਕ ਹੈ ਇਸ ਤਰ੍ਹਾਂ ਇਹਨਾਂ ਦੀ ਜਨਮ ਦੀ ਡੇਟ ਹੋਗੀ ਅੱਗੇ ਪੁੱਛਿਆ ਜਾ ਰਿਹਾ ਹੈ ਕਿ ਇਹਨਾਂ ਦਾ ਜਨਮ ਕਿਹੜੀ ਜਗ੍ਹਾ ਦੇ ਉੱਪਰ ਹੋਇਆ ਲੁਧਿਆਣਾ ਅੰਮ੍ਰਿਤਸਰ ਲਾਹੌਰ ਜਾਂ ਫਿਰ ਕਰਨਾਲ ਹਾਂਜੀ ਜੀ um 22nd ਅਨਸਰ ਤੁਸੀਂ ਕਰ ਰਹੇ ਹੋ ਅੰਮ੍ਰਿਤ ਹੈਨਾ ਅੰਮ੍ਰਿਤਸਰ ਬਿਲਕੁਲ ਸਹੀ ਹੈ ਇੰਨਾ ਦਾ ਜਨਮ ਹੋਇਆ ਅੰਮ੍ਰਿਤਸਰ ਦੇ ਵਿੱਚ ਪਰ ਕਈ ਵਾਰੀ ਤੁਹਾਡੇ ਕੋਲ ਪਿੰਡ ਪੁੱਛ ਲਿਆ ਜਾਂਦਾ ਹੈ ਹੈਨਾ ਔਰ ਜ਼ਿਆਦਾਤਰ ਵੈਸੇ ਪਿੰਡ ਹੀ ਪੁੱਛੇ ਜਾਂਦੇ ਆ ਤਾਂ ਯਾਦ ਰੱਖਣਾ ਇਹਨਾਂ ਦੇ ਪਿੰਡ ਦਾ ਨਾਮ ਹੈਗਾ ਸੀ ਉਦੋ ਨੰਗਲ ਓਕੇ ਜੀ ਹਾਂਜੀ ਸੁਮਨ ਜੀ ਅੱਜ ਦੇ ਵਿੱਚ ਮੈਂ ਪੱਕਾ ਤੁਹਾਨੂੰ ਲਿੰਕ ਸ਼ੇਅਰ ਕਰ ਦੂੰਗੀ ਠੀਕ ਹੈ ਜੀ ਔਰ ਉਹਦੇ ਵਿੱਚ ਦੋ ਲਿੰਕ ਹੋਣਗੇ ਦੋਨਾਂ ਵਿੱਚੋਂ ਦੇਖ ਲੈਣਾ ਇੱਕ ਚੱਲੇਗਾ 올 ਰਾਈਟ ਅੱਗੇ ਹੁਣ ਤੁਸੀਂ ਦੱਸੋ ਸੂਬਾ ਸਿੰਘ ਦੇ ਮਾਤਾ ਔਰ ਪਿਤਾ ਦਾ ਨਾਮ ਕੀ ਸੀਗਾ ਹਾਂਜੀ ਜੀ ਬਿਲਕੁਲ ਉਦੋਂ ਨੰਗਲ ਪੂਨਮ ਜੀ ਵੈਰੀ ਗੁੱਡ 23 ਦਾ ਤੁਸੀਂ ਆਨਸਰ ਕਰ ਰਹੇ ਹੋ ਏ ਰਾਮ ਸਿੰਘ ਸੋਹਲ ਔਰ ਰਾਦੀ ਹੈ ਨਾ ਸਹੀ ਹੈ ਹੁਣ ਅਸੀਂ ਇੱਥੇ ਨੇ ਬਾਕੀ ਪਰਿਵਾਰ ਬਾਰੇ ਵੀ ਦੇਖ ਲੈਣੇ ਆ ਮਾਤਾ ਪਿਤਾ ਹੋਗੇ ਹੁਣ ਇਹਨਾਂ ਦੇ ਪਤਨੀ ਦਾ ਨਾਮ ਦੇਖੋ ਇਹਨਾਂ ਦੀ ਪਤਨੀ ਦਾ ਨਾਮ ਸੀਗਾ ਹਰਦੀਪ ਕੌਰ ਰਾਈਟ ਔਰ ਇਹਨਾਂ ਦੇ ਨਾ ਦੋ ਬੱਚੇ ਹੁੰਦੇ ਨੇ ਪਹਿਲੇ ਦਾ ਨਾਮ ਹੈਗਾ ਯੋਗੀ ਰਾਜ ਸਿੰਘ ਔਰ ਦੂਸਰੇ ਦਾ ਨਾਮ ਹੈਗਾ ਸੁਰਿੰਦਰ ਕੌਰ ਠੀਕ ਹੈ ਹੁਣ ajo subhasingh ਦੀ ਮੌਤ ਕਿਸ ਤਰ੍ਹਾਂ ਹੋਈ ਗੁਰਦਿਆਂ ਦੀ ਬਿਮਾਰੀ ਨਾਲ ਦਿਲ ਦੀ ਹਰਕਤ ਬੰਦ ਹੋਣ ਕਾਰਨ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 24 ਦਾ ਆਨਸਰ ਤੁਸੀਂ ਕਰ ਰਹੇ ਹੋ ਸੀ ਹੈਨਾ ਔਰ ਅੱਛਾ ਸਾਰੇ ਸੀ ਹੀ ਕਰ ਰਹੇ ਨੇ ਉਹ 23 ਦਾ ਆ ਰਿਹਾ ਬਿਲਕੁਲ ਜਿਨ੍ਹਾਂ ਨੇ ਦੋਨੋਂ ਆਨਸਰ ਕੀਤਾ ਠੀਕ ਹੈ ਦੇਖੋ ਕੀ ਹੁੰਦਾ ਆ ਇਹਨਾਂ ਨੂੰ ਪਹਿਲਾਂ ਨਾ ਗੁਰਦਿਆਂ ਦੀ ਬਿਮਾਰੀ ਹੋਈ ਉਸ ਦੇ ਕਰਕੇ ਇਹਨਾਂ ਦੀ ਹਾਲਤ ਨਾਜ਼ੁਕ ਹੋਣੀ ਸਟਾਰਟ ਹੋ ਗਈ ਠੀਕ ਹੈ ਔਰ ਇਹ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਦੇ ਵਿੱਚ ਦਾਖਿਲ ਰਹੇ ਔਰ ਅਖੀਰ ਦਿਲ ਦੀ ਧੜਕਣ ਦਿਲ ਦੀ ਹਰਕਤ ਸੋਰੀ ਬੰਦ ਹੋਣ ਦੇ ਕਰਕੇ ਇਹਨਾਂ ਦੀ ਮੌਤ ਹੋ ਜਾਂਦੀ ਹੈ 6 ਦਸੰਬਰ 1981 ਨੂੰ ਠੀਕ ਹੈ ਜੀ ਅੱਗੇ ਚੱਲਾਂਗੇ ਕੁਐਸਚਨ ਨੰਬਰ 25 ਸੁਭਾ ਸਿੰਘ ਨੇ ਪਹਿਲੀ ਨੌਕਰੀ ਕਿਹੜੀ ਕੀਤੀ ਸੀ ਉਹਨਾਂ ਤੇ ਪਹਿਲੀ ਦੀ ਗੱਲ ਹੋ ਰਹੀ ਹੈ ਕਿਤੇ ਇਦਾਂ ਹੀ ਰਾਜਤਾਂ ਨਹੀਂ ਫੈਲਾ ਦੇਣਾ ਓਕੇ ਦੱਸੋ ਜੀ ਫੌਜ ਵਿੱਚ ਜੂਨੀਅਰ ਕਮਿਸ਼ਨ ਦੀ ਨੌਕਰੀ ਨਾਰਥ-ਵੈਸਟ ਫਰੰਟੀਅਰ ਦੇ ਵਿੱਚ ਪਬਲਿਕ ਸਰਵਿਸ ਕਮਿਸ਼ਨ ਦੇ ਅਧੀਨ ਨੌਕਰੀ ਸਾਹਿਤਕਾਰ ਵਜੋਂ ਨੌਕਰੀ ਜਾਂ ਫਿਰ ਇਹ ਸਾਰੇ ਹੀ ਓਕੇ 25 ਦਾ ਬਲੌਰਜੀ ਸਾਹਜ ਜੀ ਦਾ ਸੀ ਆਇਆ ਆ ਔਰ ਰਾਜੀਵ ਜੀ ਦਾ ਬੀ ਆਇਆ ਹੈ ਰਾਈਟ ਓਕੇ ਪਰ ਆਨਸਰ ਕੀ ਹੈ ਜੀ ਏ ਆਨਸਰ ਹੈ ਦੇਖੋ ਇਹਦੇ ਵਿੱਚ ਕਹਾਣੀ ਕੀ ਹੈ ਉਹ ਮੈਂ ਤੁਹਾਨੂੰ ਦੱਸਦੀ ਹਾਂ ਜਿਹੜੇ ਸੁਭਾ ਸਿੰਘ ਹੈ ਨਾ ਇਹਨਾਂ ਦੀ ਨਾ ਪਹਿਲੀ ਨੌਕਰੀ ਤਾਂ নো ਡਾਊਟ ਇਹਨਾਂ ਨੇ ਫੌਜ ਦੇ ਵਿੱਚ ਕੀਤੀ ਸੀ ਓਕੇ ਪਤਾ ਸ਼ੁਰੂ ਸ਼ੁਰੂ ਵਿੱਚ ਕੀ ਹੁੰਦਾ ਆ ਇਹਨਾਂ ਦਾ ਨਾ ਸਰਵਿਸ ਕਮਿਸ਼ਨ ਦਾ ਪੇਪਰ ਇਹ ਵਾਲੇ ਨਹੀਂ ਨਹੀਂ ਜਿਹੜਾ ਪੱਤਰਕਾਰੀ ਹੈ ਨਾ ਉਹਦੇ ਚ ਆਪਾਂ ਕਰਦੇ ਹਾਂ ਕਿ ਆਪਣੇ ਸਾਹਿਤਿਕ ਜੀਵਨ ਦੀ ਸ਼ੁਰੂਆਤ ਕੀਤੀ ਹੈ ਠੀਕ ਹੈ ਪਰ ਇੱਥੇ ਆਪਾਂ ਨੌਕਰੀ ਦੀ ਗੱਲ ਕਰ ਰਿਹਾ ਨੌਕਰੀ ਦੇ ਵਿੱਚ ਆਪਾਂ ਪੱਤਰਕਾਰੀ ਨੂੰ ਨਹੀਂ ਹਲੇ ਲੈਣਾ ਠੀਕ ਹੈ ਤੇ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਯੋਗਤਾ ਦੇ ਆਧਾਰ ਦੇ ਉੱਪਰ ਇਹਨਾਂ ਨੂੰ ਚੁਣ ਲਿਆ ਗਿਆ ਪਰ ਉਹਦੇ ਤੋਂ ਪਹਿਲਾਂ ਹੀ ਇਹਨਾਂ ਨੂੰ ਫੌਜ ਦੇ ਵਿੱਚ ਜੂਨੀਅਰ ਕਮਿਸ਼ਨਡ ਅਫਸਰ ਦੀ ਨੌਕਰੀ ਮਿਲ ਗਈ ਸੀ ਇਸ ਲਈ ਇਹਨਾਂ ਨੇ ਉਹਨੂੰ ਹੀ ਜੁਆਇਨ ਕੀਤਾ ਸੀ ਠੀਕ ਹੈ ਪਲੀਜ਼ ਇਹ ਯਾਦ ਰੱਖਣਾ ਇਨਾਂ ਦੀ ਪੜ੍ਹਾਈ ਬਾਰੇ ਵੀ ਥੋੜੀ ਜੀ ਗੱਲ ਕਰ ਲੈਣੇ ਆ ਤਾਂ ਇਹਨਾਂ ਨੇ ਮਿਡਲ ਤੱਕ ਦੀ ਪੜ੍ਹਾਈ ਪਿੰਡ ਤੋਂ ਕੀਤੀ ਫਿਰ ਮੈਟ੍ਰਿਕ ਇਹਨਾਂ ਨੇ ਬਾਬਾ ਬਕਾਲਾ ਦੇ ਖਾਲਸਾ ਸਕੂਲ ਤੋਂ ਕੀਤੀ ਐ ਫਿਰ ਰੰਧੀਰ ਕਾਲਜ ਕਪੂਰਥਲਾ ਤੋਂ ਇਹਨਾਂ ਨੇ ਐਫਐਸਸੀ ਕੀਤੀ ਰਾਈਟ ਮਾਸਟਰ ਡਿਗਰੀ ਇਹਨਾਂ ਨੇ ਕੀਤੀ ਸੀ ਮੈਥ ਵਿੱਚ ਪਲੀਜ਼ ਇਹ ਯਾਦ ਰੱਖਣਾ ਔਰ ਕਈ ਜਗ੍ਹਾ ਦੇ ਉੱਪਰ ਮਿਲਦਾ ਐ ਐਮਏ ਮੈਥ ਦੇਖੋ ਐਮਏ ਮੈਥ ਤਾਂ ਨਹੀਂ ਹੋ ਸਕਦਾ ਰਾਈਟ ਐਮਐਸਸੀ ਮੈਥ ਕੀਤਾ ਇਹਨਾਂ ਨੇ ਠੀਕ ਐ ਇਹ ਵੀ ਯਾਦ ਰੱਖ ਲੈਣਾ ਇੰਪੋਰਟੈਂਟ ਰਹੇਗਾ ਔਰ ਇਹ ਪੰਜਾਬ ਯੂਨੀਵਰਸਿਟੀ ਤੋਂ ਕੀਤਾ ਸੀ ਔਰ ਇਹਨਾਂ ਨੇ ਆਪਣੀ ਮਾਸਟਰਸ 1939 ਦੇ ਵਿੱਚ ਕੀਤੀ ਹੈ ਓਕੇ ਹੁਣ ਐਨੀ ਯੋਗਤਾ ਹੈ ਇਸੇ ਕਰਕੇ ਇਹਨਾਂ ਨੂੰ ਯੋਗਤਾ ਦੇ ਆਧਾਰ ਦੇ ਉੱਪਰ ਉੱਥੇ ਚੁਣਿਆ ਗਿਆ ਸੀ ਓਕੇ 26 ਹੈ ਜਦੋਂ ਦੂਸਰਾ ਵਿਸ਼ਵ ਯੁੱਧ ਹੁੰਦਾ ਹੈ ਸੌਰੀ ਤਾਂ ਇਹਦੇ ਵਿੱਚ ਸੂਬਾ ਸਿੰਘ ਨੂੰ ਕੈਦ ਕੀਤਾ ਸੀ ਕਿਹਨਾਂ ਨੇ ਕੈਦ ਕੀਤਾ 26 ਦਾ ਆਨਸਰ ਪੂਨਮ ਜੀ ਬੀ ਕਰ ਰਹੇ ਨੇ ਬਾਕੀ ਡੀ ਆਨਸਰ ਕਰਦੇ ਪਏ ਹੈ ਜਿਨ੍ਹਾਂ ਨੇ ਵੀ ਜਾਪਾਨੀ ਕੀਤਾ ਬਿਲਕੁਲ ਸਹੀ ਹੈ ਤੁਹਾਨੂੰ ਯਾਦ ਹੋਵੇਗਾ ਜਦੋਂ ਅਸੀਂ ਦੀਵਾਨ ਸਿੰਘ ਕਾਲੇਪਾਨੇ ਪੜਿਆ ਸੀ ਉਦੋਂ ਅਸੀਂ ਦੇਖਿਆ ਸੀਗਾ ਕਿ ਜਦੋਂ ਸੈਕਿੰਡ ਵਰਲਡ ਵਾਰ ਹੋਈ ਸੀ ਉਦੋਂ ਜਪਾਨੀਜ਼ ਨੇ ਦੀਵਾਨ ਸਿੰਘ ਕਾਲੇਪਾਨੇ ਨੂੰ ਵੀ ਕੈਦ ਕੀਤਾ ਸੀ ਰਾਈਟ ਤਾਂ ਜਪਾਨੀਆਂ ਨੇ ਹੀ ਇਹਨਾਂ ਨੂੰ ਵੀ ਕੈਦ ਕੀਤਾ ਇਹ ਵੀ ਨਾਲ ਦੇ ਨਾਲ ਯਾਦ ਰੱਖ ਲੈਣਾ ਔਰ ਕੈਦ ਦੇ ਦੌਰਾਨ ਇਹ ਕੁਝ ਟਾਈਮ ਸਿੰਗਾਪੁਰ ਔਰ ਮੁਲਤਾਨ ਦੀਆਂ ਜੇਲਾਂ ਦੇ ਵਿੱਚ ਵੀ ਰਹੇ ਸੀਗੇ ਓਕੇ ਇਹ ਵੀ ਇੰਪੋਰਟੈਂਟ ਰਹੇਗਾ ਯਾਦ ਰੱਖਣਾ ਸਸ਼ੀਕਾਲਿੰਦਰ ਜੀ ਅੱਗੇ ਚੱਲਾਂਗੇ ਕੁਐਸਚਨ ਨੰਬਰ 27 1961 ਤੋਂ ਲੈ ਕੇ 67 ਦਾ ਜੋ ਟਾਈਮ ਹੈ ਇਹਦੇ ਵਿੱਚ ਇਹਨਾਂ ਨੇ ਕਿਹੜੇ ਵਿਭਾਗ ਦੇ ਵਿੱਚ ਨੌਕਰੀ ਕੀਤੀ ਮੋਸਟ ਇੰਪੋਰਟੈਂਟ ਕੁਐਸਚਨ ਯਾ 27 ਦਾ ਤੁਸੀਂ ਆਨਸਰ ਕਰ ਰਹੇ ਹੋ ਲੋਕ ਸੰਪਰਕ ਵਿਭਾਗ ਜਿਨ੍ਹਾਂ ਨੇ ਵੀ ਬੀ ਆਨਸਰ ਕੀਤਾ ਬੀਫੋਰ ਬੰਬੇ ਉਹਨਾਂ ਦਾ ਬਿਲਕੁਲ ਸਹੀ ਹੈ ਲੋਕ ਸੰਪਰਕ ਵਿਭਾਗ ਠੀਕ ਹੈ ਇਹਦੇ ਵਿੱਚ ਇਹ ਅਧਿਕਾਰੀ ਰਹੇ ਸੀਗੇ 올 ਰਾਈਟ ओके ਅੱਗੇ ਫਿਰ ਕੀ ਹੁੰਦਾ ਆ 1960 ਦੇ ਵਿੱਚ ਜਦੋਂ ਇਹ ਜਾਂਦੇ ਆ ਅੱਛਾ ਇਹ ਮੈਂ ਦੱਸਾਂਗੀ ਤਾਂ ਤੁਹਾਨੂੰ ਪਤਾ ਹੀ ਚੱਲ ਜਾਣਾ ਤਾਂ ਅਗਲਾ ਕੁਐਸਚਨ ਹੀ ਕਰ ਲੈਂਦੇ ਆ 28th ਦੱਸੋ ਸੂਬਾ ਸਿੰਘ ਕਿਹੜੇ ਬੋਰਡ ਦੇ ਟੈਕਸਟ ਬੁੱਕ ਦੇ ਵਿੱਚ ਡਾਇਰੈਕਟਰ ਰਹੇ ਨੇ 28th ਦਾ ਆਨਸਰ ਕਰਨਾ ਆ ਯਾ 27 ਹੀ ਹੱਲੇ ਆ ਰਿਹਾ ਓਕੇ ਆਈ ਥਿੰਕ ਥੋੜਾ ਲੇਟ ਚੱਲਦਾ ਹੈ ਤੁਹਾਡੇ ਵੱਲ 28th ਦਾ ਕੀ ਆਨਸਰ ਹੋਏਗਾ ਡਾਇਰੈਕਟਰ ਰਹੇ ਆ ਵੈਰੀ ਗੁੱਡ ਵੈਰੀ ਗੁੱਡ ਜਿਨ੍ਹਾਂ ਨੇ ਵੀ ਆਨਸਰ 28 ਦਾ ਸੀ ਕਰ ਰਹੇ ਨੇ ਨਾ ਉਹ ਬਿਲਕੁਲ ਠੀਕ ਹੈ ਪੰਜਾਬ ਸਟੇਟ ਯੂਨੀਵਰਸਿਟੀ ਇਹਦੇ ਵਿੱਚ ਟੈਕਸਟ ਬੁੱਕ ਬੋਰਡ ਦੇ ਵਿੱਚ ਇਹ ਰਹੇ ਨੇ ਡਾਇਰੈਕਟਰ ਓਕੇ ਔਰ ਐਕਚੁਅਲੀ ਕੀ ਹੈ ਪਤਾ ਹੈ ਕਿ ਇਹ ਵਾਲੇ ਕੁਐਸਚਨ ਦੇ ਵਿੱਚ ਕਿਉਂ ਕਨਫਿਊਜ਼ਨ ਹੋ ਗਈ ਹੈ ਮੈਂ ਦੱਸਦੀ ਹਾਂ ਕਿਉਂਕਿ ਨਾ ਮੈਨੂੰ ਸ਼ਾਇਦ ਆਪਸ਼ਨ ਦੇਣ ਲੱਗਿਆਂ ਥੋੜਾ ਜਿਹਾ ਹੋਰ ਸੋਚ ਲੈਣਾ ਚਾਹੀਦਾ ਸੀ ਹੈਨਾ ਇਹਨਾਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜੋ ਪੰਜਾਬੀ ਵਿਉਂਤ ਤੇ ਵਿਕਾਸ ਵਿਭਾਗ ਹੈ ਹੈਨਾ ਉਸ ਦੇ ਵਿੱਚ ਵੀ ਡਾਇਰੈਕਟਰ ਰਏ ਇਸ ਕਰਕੇ ਸ਼ਾਇਦ ਥੋੜਾ ਹੋ ਗਿਆ ਉਲਟਾ ਪੁਲਟਾ ਰਾਈਟ ਤਾਂ ਇਹ ਵੀ ਨਾਲ ਦੇ ਨਾਲ ਹੀ ਇਹਨੂੰ ਯਾਦ ਰੱਖ ਲੈਣਾ ਓਕੇ ਅੱਗੇ ਚੱਲਾਂਗੇ ਹੁਣ ਇਹਨਾਂ ਦੀ ਅਗਲੀ ਜੌਬ ਬਾਰੇ ਗੱਲ ਕਰਦੇ ਹਾਂ ਸੁਭਾ ਸਿੰਘ ਨੇ ਕਦੋਂ ਗਿਆਨੀ ਜੈਲ ਸਿੰਘ ਦੇ ਪ੍ਰੈਸ ਸੱਤਰ ਦੀ ਨੌਕਰੀ ਕੀਤੀ ਹੈ ਤੁਸੀਂ ਸੋਚੋ ਸਾਡੇ ਵਰਗਿਆਂ ਨੂੰ ਇੱਕ ਨਹੀਂ ਮਿਲਦੀ ਔਰ ਆਪਣੇ ਜਿੰਨੇ ਵੀ ਆਪਾਂ ਰਾਈਟਰ ਕਰ ਰਹੇ ਹਾਂ 70 70 ਨੌਕਰੀਆਂ ਹੀ ਮਿਲ ਜਾਂਦੀਆਂ ਸੀ ਇਹਨਾਂ ਨੂੰ ਹਨਾ ਆਈ ਡੋਨਟ ਨੋ ਹਾਊ ਬਟ ਦੇ ਯੂਜ਼ ਟੂ ਮੈਨੇਜ ਥੈਟ ਰਾਈਟ 29 ਦਾ ਤੁਸੀਂ ਆਨਸਰ ਕੀਤਾ ਬੀ ਗਿਆਨੀ ਜੈ ਸਿੰਘ ਦੇ 1976 ਦੇ ਵਿੱਚ ਬਿਲਕੁਲ ਸਹੀ ਹੈ ਤਾਂ ਇਹਨੂੰ ਆਪੋਜ਼ਿਟ ਕਰਕੇ ਵੀ ਪੁੱਛਿਆ ਜਾ ਸਕਦਾ ਹੈ ਜੰਬਲ ਕਰਕੇ ਤਾਂ ਯਾਦ ਰੱਖਣਾ ਗਿਆਨੀ ਜੈ ਸਿੰਘ ਦੇ 77 ਨਹੀਂ ਓਕੇ ਜਾਂ ਫਿਰ ਕਈ ਵਾਰੀ ਡਾਇਰੈਕਟ ਇਹ ਵੀ ਪੁੱਛ ਲੈਂਦੇ ਆ ਕਿਹੜੀ ਜਗ੍ਹਾ ਤੇ ਤਾਂ ਯਾਦ ਰੱਖੋਗੇ ਪੰਜਾਬ ਸੈਕਟਰੀਏਟ ਦੇ ਵਿੱਚ ਠੀਕ ਹੈ ਜੀ ਕਦੋਂ ਰਹੀ ਹੈ 1972 ਦੇ ਟਾਈਮ ਦੇ ਉੱਪਰ ਓਕੇ ਯਾ ਅੱਗੇ ਚੱਲੀਏ ਅੱਗੇ ਹੈ ਸੂਬਾ ਸਿੰਘ ਨੂੰ ਕਿਸ ਵਜੋਂ ਜਾਣਿਆ ਜਾਂਦਾ ਹੈ ਹਾਸ ਰਸ ਹਾਂਜੀ ਬਿਲਕੁਲ ਉਸ ਟਾਈਮ ਇਹ ਮੁੱਖ ਮੰਤਰੀ ਸੀਗੇ ਵਿਅੰਗ ਦਾ ਕਵੀ ਦੋਨੋਂ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ 30th ਦਾ ਆਨਸਰ ਤੁਸੀਂ ਕਰ ਰਹੇ ਹੋ ਸੀ ਦੋਨੋਂ ਕਿਉਂਕਿ ਵੈਸੇ ਵੀ ਦੇਖੋ ਦੋਨੋਂ ਇੱਕੋ ਵਰਗੇ ਲੱਗ ਵੀ ਰਹੇ ਨੇ ਹੈਨਾ ਇਹਨਾਂ ਐਕਚੁਅਲੀ ਹਾਸ ਰਸ ਔਰ ਵਿਅੰਗ ਦੇ ਲੇਖਕ ਦੇ ਵਜੋਂ ਜਾਣੇ ਜਾਂਦੇ ਹੈਗੇ ਨੇ ਓਕੇ ਔਰ ਇਸੇ ਕਰਕੇ ਇਹਨਾਂ ਨੂੰ ਇੱਕ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਇਹਨਾਂ ਨੂੰ ਬੋਲਦੇ ਹੈਗੇ ਆ ਹਾਸ ਰਸ ਅਤੇ ਵਿਅੰਗ ਦਾ ਬਾਦਸ਼ਾ ਤਾਂ ਇਹ ਵੀ ਤੁਸੀਂ ਯਾਦ ਰੱਖ ਲੈਣਾ ਓਕੇ ਔਰ ਇਹ ਵੀ ਕਹਿੰਦੇ ਹੈ ਕਿ ਜਿਹੜੇ ਸੂਬਾ ਸਿੰਘ ਹੈ ਇਹਨਾਂ ਨੇ ਪੰਜਾਬੀ ਹਾਸ ਵਿਅੰਗ ਰਚਨਾ ਦੇ ਵਿੱਚ ਆਧੁਨਿਕ ਮਹਾਂਦਰਾ ਦਿੱਤਾ ਹੈ ਯਾਨੀ ਉਹਨੂੰ ਚੇਂਜ ਕਰਕੇ ਮਾਡਰਨ ਕਨਸੈਪਟ ਦੇ ਵਿੱਚ ਲੈ ਕੇ ਆਏ ਸੀ ਓਕੇ ਅੱਗੇ ਅੱਗ ਤੇ ਪਾਣੀ ਦੀ ਵਿਦਾ ਦੱਸਣੀ ਹੈ ਕੀ ਇਹ ਇੱਕ ਕਾਵ ਸੰਗ੍ਰਹਿ ਹੈ ਨਾਟਕ ਸੰਗ੍ਰਹਿ ਹੈ ਲੇਖ ਸੰਗ੍ਰਹਿ ਜਾਂ ਫਿਰ ਕਹਾਣੀ ਸੰਗ੍ਰਹਿ ਹੈ ਜੀ 31 ਦਾ ਆਨਸਰ ਰਜੀਵ ਜੀ ਦਾ ਡੀ ਹੈ ਪੂਨਮ ਜੀ ਦਾ ਏ ਗੁਰਸ਼ਰਨ ਜੀ ਸ਼ਾਲੂ ਜੀ ਡੀ ਕਰ ਰਹੇ ਨੇ ਤਾਂ ਜਿਨ੍ਹਾਂ ਨੇ ਵੀ ਕਹਾਣੀ ਬੋਲਿਆ ਉਹਨਾਂ ਦਾ ਬਿਲਕੁਲ ਸਹੀ ਆਨਸਰ ਹੈ ਅੱਗ ਔਰ ਪਾਣੀ ਦੇਖੋ ਇਹਨਾਂ ਨੂੰ ਤੁਸੀਂ ਰਾਈਮ ਕਰ ਲਓ ਪਾਣੀ ਦੇ ਨਾਲ ਕਹਾਣੀ ਮਿਲ ਜੇਗਾ ਥੈਂਕ ਯੂ ਇੰਦਰ ਜੀ ਮਿਲ ਜੇਗਾ ਨਾ ਤਾਂ ਪਾਣੀ ਔਰ ਕਹਾਣੀ ਐਦਾ ਮਿਕਸ ਕਰਕੇ ਯਾਦ ਰੱਖ ਲਓ ਦੈਟ ਇਜ਼ ਇਟ ਬਿਲਕੁਲ ਮੰਡੀ ਜੀ ਆਸਮ ਪੁਆਇੰਟ ਉਹਨਾਂ ਦੇ ਟੈਲੈਂਟ ਕਰਕੇ ਆਪਣੇ ਚ ਤੈਨਾ ਹੈ ਨੀਗਾ ਰਾਈਟ ਓਕੇ ਚਲੋ ਇਹ ਹੁਣ ਅਸੀਂ ਕਰ ਲਿਆ ਕਿ ਪਾਣੀ ਨੂੰ ਕਹਾਣੀ ਦੇ ਨਾਲ ਕਰਕੇ ਕਹਾਣੀ ਸੰਗ੍ਰਹਿ ਤੁਸੀਂ ਯਾਦ ਰੱਖ ਲੂਗੀ ਠੀਕ ਹੈ ਜੀ ਅੱਗੇ ਇਹ ਵਾਲਾ ਕਹਾਣੀ ਸੰਗ੍ਰਹਿ 1960 ਦੇ ਵਿੱਚ ਆਂਦਾ ਹੈ ਅੱਗ ਤੇ ਪਾਣੀ ਓਕੇ ਔਰ ਜਦੋਂ ਤੁਸੀਂ ਇਹਨਾਂ ਨੂੰ ਦੇਖਦੇ ਹੋ ਨਾ ਤਾਂ ਇਹਨਾਂ ਦੇ ਬਾਰੇ ਬੋਲਿਆ ਜਾਂਦਾ ਹੈ ਸੂਬਾ ਸਿੰਘ ਬਾਰੇ ਕਿ ਜੇ ਤਾਂ ਕੋਈ ਬਹੁਤ ਹੀ ਗੰਭੀਰ ਵਿਸ਼ਾ ਹੀ ਪਕੜਦੇ ਸੀ ਤਾਂ ਉਹਨੂੰ ਨਾ ਹਾਸੇ-ਹਾਸੇ ਦੇ ਵਿੱਚ ਹੀ ਬੋਲ ਜਾਂਦੇ ਸੀ ਬੰਦੇ ਨੂੰ ਬੁਰਾ ਹੀ ਨਹੀਂ ਲੱਗਦਾ ਸੀ ਬਟ ਸਮਵੇਅਰ ਐਦਾਂ ਵੀ ਹੁੰਦਾ ਹੈ ਕਿ ਜਦੋਂ ਬਹੁਤ ਹੀ ਹਾਸੇ ਵਾਲੀ ਗੱਲ ਹੋਵੇ ਇਹ ਉਹਨੂੰ ਬੜੀ ਹੀ ਗੰਭੀਰਤਾ ਦੇ ਨਾਲ ਗੰਭੀਰ ਸੁਰ ਵਿੱਚ ਬੋਲਦੇ ਸੀ ਪਲੀਜ਼ ਇਹ ਦੋਨੋਂ ਯਾਦ ਰੱਖਣਾ ਠੀਕ ਹੈ ਕਿ ਗੰਭੀਰ ਵਿਸ਼ੇ ਨੂੰ ਹਾਸੇ ਵਿੱਚ ਔਰ ਹਾਸੇ ਨੂੰ ਗੰਭੀਰ ਸੁਰ ਦੇ ਵਿੱਚ ਬੋਲ ਦਿੰਦੇ ਸੀ ਤਾਂ ਇਸ ਕਰਕੇ ਇਹਨਾਂ ਦੀ ਰਚਨਾਵਾਂ ਨੂੰ ਪੜਨ ਦਾ ਸਵਾਦ ਜ਼ਿਆਦਾ ਆਉਂਦਾ ਸੀ ਤਾਂ ਫਿਰ ਇਹਨਾਂ ਦੀ ਅਗਰ ਤੁਹਾਡੇ ਕੋਲ ਪੁੱਛਿਆ ਜਾਏ ਕਿ ਇਹਨਾਂ ਦੀ ਜੋ ਵਾਰਤਕ ਹੈ ਉਹਨਾਂ ਦਾ ਸੁਰ ਕਿਹੜਾ ਹੈ ਤੁਸੀਂ ਕੀ ਬੋਲੋਗੇ ਹਾਸ ਰਸੀ ਸੁਰ ਹੈ ਠੀਕ ਹੈ ਅੱਗੇ ਆ ਗਿਆ ਜੀ ਅਲੋਪ ਹੋ ਰਹੇ ਚੇਟਕ ਦੀ ਵਿਦਾ ਕਿਹੜੀ ਹੈ 32 ਦਾ ਆਨਸਰ ਕਰਨਾ ਹੈ ਤੁਸੀਂ ਸ਼ਾਇਦ 32 ਦਾ ਹੀ ਕਰਨਾ ਚਾਹ ਰਹੇ ਹੋ ਹਨਾ ਰਜਿੰਦਰ ਜੀ ਬਿਲਕੁਲ ਤੁਸੀਂ ਬੋਲ ਰਹੇ ਹੋ ਲੇਖ ਸੰਗ੍ਰਹਿ ਰਾਈਟ ਐਬਸੋਲੂਟਲੀ ਰਾਈਟ ਜੇ ਤੁਹਾਨੂੰ ਲੇਖ ਸੰਗ੍ਰਹਿ ਦੀ ਜਗ੍ਹਾ ਦੇ ਉੱਪਰ ਥੈਂਕ ਯੂ ਗੁਰਸ਼ਰਨ ਜੀ ਓਕੇ ਜੇ ਲੇਖ ਸੰਗ੍ਰਹਿ ਦੀ ਜਗ੍ਹਾ ਦੇ ਉੱਪਰ ਨਿਬੰਧ ਸੰਗ੍ਰਹਿ ਲਿਖਿਆ ਹੋਵੇ ਤਾਂ ਵੀ ਠੀਕ ਹੈ ਤੇ ਅਲੋਪ ਹੋ ਰਹੇ ਚੇਟਕ ਨੂੰ ਕਦੋਂ ਪ੍ਰਕਾਸ਼ਿਤ ਕੀਤਾ ਗਿਆ ਰਾਜਪਾਲ ਜੀ ਨੇ ਰਾਜਪਾਲ ਜੀ ਨੇ ਆਨਸਰ ਵੀ ਕਰ ਦਿੱਤਾ ਹੈ 1967 ਦੇ ਵਿੱਚ ਠੀਕ ਹੈ ਜੀ ਔਰ ਅਗਰ ਤੁਹਾਡੇ ਕੋਲ ਪੁੱਛਿਆ ਗਿਆ ਪ੍ਰਕਾਸ਼ਿਤ ਕਿਸ ਨੇ ਕੀਤਾ ਤਾਂ ਅਲੋਪ ਹੋ ਰਹੇ ਚੇਟਕ ਨੂੰ ਜੋ ਲੁਧਿਆਣਾ ਦਾ ਬੁੱਕ ਡਿਪੂ ਹੈ ਇਹਨਾਂ ਦਾ ਨੇ ਇੱਕ ਨਵੀਂ ਫਰਮ ਖੁੱਲੀ ਸੀ ਸਾਹਿਤ ਸੰਗਮ ਚੰਡੀਗੜ੍ਹ ਠੀਕ ਹੈ ਇਹਨੇ ਇਹਨੂੰ ਪ੍ਰਕਾਸ਼ਿਤ ਕੀਤਾ ਸੀਗਾ ਔਰ ਇਸ ਦੇ ਵਿੱਚ ਟੋਟਲ 11 ਲੇਖ ਹੈ ਜਿਨ੍ਹਾਂ ਨੂੰ ਸ਼ਾਮਿਲ ਕੀਤਾ ਗਿਆ ਸੀ ਪਲੀਜ਼ ਇਹ ਕਾਊਂਟਿੰਗ ਵੀ ਨਾਲ ਦੇ ਨਾਲ ਯਾਦ ਰੱਖਣਾ ਓਕੇ ਅੱਗੇ ਹੈ ਕਿਹੜੀ ਪੁਸਤਕ ਦੇ ਵਿੱਚ ਕੁਸ਼ਤੀਆਂ ਕੁੱਕੜਾ ਬਟੇਰਿਆਂ ਦੀਆਂ ਲੜਾਈਆਂ ਮਰਾਸੀਆਂ ਦੇ ਹਾਸੇ ਔਰ ਸ਼ਤਰੰਜ ਦੀਆਂ ਬਾਜ਼ੀਆਂ ਇਹਨਾਂ ਨੂੰ ਸ਼ਾਮਿਲ ਕੀਤਾ ਗਿਆ ਸੋਚੋ ਜਰਾ ਇਹ ਜਿੰਨੀਆਂ ਵੀ ਚੀਜ਼ਾਂ ਮੈਂ ਬੋਲੀਆਂ ਚਾਹੇ ਕੁਸ਼ਤੀਆਂ ਚਾਹੇ ਕੁੱਕੜ ਬਟੇਰੇ ਦੀ ਲੜਾਈ ਹੈ ਜਾਂ ਸ਼ਤਰੰਜ ਦੀਆਂ ਬਾਜ਼ੀਆਂ ਮਰਾਸੀ ਹੈ ਅੱਜ ਕੱਲ ਤੁਹਾਨੂੰ ਦਿਖਦੇ ਨੇ ਦਿਖਦੇ ਹੈ ਨਹੀਂ ਦਿਖਦੇ ਨਾ ਇਟ ਮੀਨ ਕਿਤੇ ਨਾ ਕਿਤੇ ਗੁੰਮ ਹੋਇਆ ਤਾਂ ਇਹਦੇ ਤੋਂ ਯਾਦ ਰੱਖ ਲੈਣਾ ਕਿ ਇਸ ਨੂੰ ਅਲੋਪ ਹੋ ਰਹੇ ਚੇਟਕ ਦੇ ਵਿੱਚ ਸ਼ਾਮਿਲ ਕੀਤਾ ਗਿਆ ਸੀ ਠੀਕ ਹੈ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਪਲੀਜ਼ ਇਹਨੂੰ ਬਿਲਕੁਲ ਵੀ ਨਹੀਂ ਭੁੱਲਣਾ ਓਕੇ ਠੀਕ ਹੈ ਜੀ ਅੱਗੇ ਚਲਦੇ ਆਂ ਸੂਬਾ ਸਿੰਘ ਨੇ ਕਿਸ ਪਰਸਨ ਦੀ ਜੀਵਨੀ ਲਿਖੀ ਹੈ ਦੀਵਾਨ ਸਿੰਘ ਕਾਲੇ ਪਾਣੀ ਪਾਈ ਵੀਰ ਸਿੰਘ ਤਨੀਰਾਮ ਚਾਤਰੀਕ ਜਾਂ ਫਿਰ ਅਮ੍ਰਿਤਾ ਪ੍ਰੀਤਮ 34th ਕੁਐਸਚਨ ਦਾ ਆਨਸਰ ਬਿਲਕੁਲ ਲਾਹੌਰ ਬੁੱਕ ਸ਼ਾਪ ਲੁਧਿਆਣਾ ਵੈਰੀ ਗੁੱਡ ਰਾਜਪਾਲ ਜੀ ਬਿਲਕੁਲ ਠੀਕ ਹੈ 34 ਲਈ ਤੁਸੀਂ ਏ ਆਨਸਰ ਕਰ ਰਹੇ ਹੋ 올 ਰਾਈਟ ਜਿਨ੍ਹਾਂ ਨੇ ਵੀ ਦੀਵਾਨ ਸਿੰਘ ਕਾਲੇ ਪਾਣੀ ਬੋਲਿਆ ਉਹਨਾਂ ਦਾ ਸਹੀ ਹੈ ਇਹਨੂੰ ਤੁਸੀਂ ਨਾ ਉਦਾਂ ਹੀ ਯਾਦ ਰੱਖ ਲਓ ਕਿ ਦੀਵਾਨ ਸਿੰਘ ਕਾਲੇ ਪਾਣੀ ਨੂੰ ਵੀ ਜਾਪਾਨੀਆਂ ਨੇ ਕੈਦ ਕੀਤਾ ਔਰ ਇਹਨਾਂ ਨੂੰ ਵੀ ਰਾਈਟ ਹਾਂ ਬਿਲਕੁਲ ਮੰਡੀ ਜੀ ਆਉਸਮ ਬਿਲਕੁਲ ਨੇਮ ਨਾਲ ਯਾਦ ਕਰ ਸਕਦੇ ਹੋ ਓਕੇ ਅੱਗੇ 35ਵਾਂ ਦੇਖੋ ਸੂਬਾ ਸਿੰਘ ਨੂੰ ਕਦੋਂ ਸ਼੍ਰੋਮਣੀ ਪੱਤਰਕਾਰ ਵਜੋਂ ਸਨਮਾਨਿਤ ਕੀਤਾ ਗਿਆ 1973 74 75 ਜਾਂ ਫਿਰ 76 ਕੀ ਆਨਸਰ ਹੋਏਗਾ ਜੀ ਔਰ ਇੱਕ ਚੀਜ਼ ਹੋਰ ਯਾਦ ਰੱਖ ਲੈਣਾ ਜਦੋਂ ਇਹਨਾਂ ਨੇ ਦਿਵਾਨ ਸਿੰਘ ਕਾਲੇਪਾਨੀ ਦੀ ਜੀਵਨੀ ਲਿਖੀ ਸੀ ਉਸ ਦੇ ਵਿੱਚ ਇਹਨਾਂ ਦੀ ਹੈਲਪ ਦਿਵਾਨ ਸਿੰਘ ਕਾਲੇਪਾਨੀ ਦੀ ਨੂੰ ਔਰ महेंद्र सिंह रंधावा ने सी इंपॉर्टेंट पॉइंट इवन मोस्ट इंपॉर्टेंट थैंक यू बलौर जी ठीक प्लीज है प्लीज़ ये याद रख लेना ओके अच्छा राजपाल जी ने अगे आंसर भी कर दिता है वेरी गुड बिल्कुल सही है थर्टी फिफ्थ का आंसर तो बोल रहे हो नाइनटीन सैवनटी फाइव उन्नीस सौ पचहत्तर है ना बिल्कुल सही इत अवर हो गया और अज मैं शायद लास्ट स्लाइड नहीं की ना तो इसके बाद मैं लिख नहीं पाऊँगी ਠੀਕ ਹੈ ਇਸ ਤੋਂ ਬਾਅਦ ਮੈਨੂੰ ਡਾਇਰੈਕਟ ਡਿਸਕਾਰਡ ਹੀ ਕਰਨਾ ਪਏਗਾ ਆਈ ਹੋਪ ਕਿ ਤੁਹਾਨੂੰ ਅੱਜ ਦਾ ਸੈਸ਼ਨ ਅੱਛਾ ਲੱਗਿਆ ਹੋਊਗਾ ਜਿੰਨੂ ਜਿੰਨੂ ਅੱਛਾ ਲੱਗਿਆ ਹੋਏ ਉਹ ਲਾਈਕ ਕਰ ਦੇਣਾ ਜਿੰਨੂ ਨਹੀਂ ਲੱਗਿਆ ਕੋਈ ਪ੍ਰੋਬਲਮ ਨਹੀਂ ਕੱਲ ਸੇਮ ਟਾਈਮ ਦੇ ਉੱਪਰ ਕਲਾਸ ਦੇ ਵਿੱਚ ਹਾਜ਼ਰ ਹੋ ਜਾਣਾ ਓਕੇ ਇਹਦੇ ਨਾਲ ਹੀ ਅੱਜ ਦਾ ਲੈਕਚਰ ਕਰ ਦਿਆਂ ਓਵਰ ਗੁੱਡ ਨਾਈਟ ਐਵਰੀਬਾਡੀ ਔਰ ਯੈਸ ਅਗਰ ਕਿਸੇ ਸਟੂਡੈਂਟ ਨੂੰ ਐਨਾ ਸੈਸ਼ਨ ਦੇ ਵਿੱਚ ਜੋ ਵੀ ਕੁਝ ਆਪਾਂ ਕਰਵਾ ਰਹੇ ਹਾਂ ਠੀਕ ਹੈ ਇਨਾਂ ਦੀ ਅਗਰ ਤੁਹਾਨੂੰ ਥਿਉਰੀ ਪਾਰਟ ਚਾਹੀਦਾ ਹੈ ਯਾਨੀ ਕਿ ਡਿਟੇਲ ਵਾਲੇ ਲੈਕਚਰ ਚਾਹੀਦੇ ਆ ਤਾਂ ਇੱਕ ਨੰਬਰ ਮੈਂ ਬੋਲ ਰਹੀ ਹਾਂ ਤੁਸੀਂ ਉਸ ਨੰਬਰ ਦੇ ਉੱਪਰ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਠੀਕ ਹੈ ਥਿਉਰੀ ਦੇ ਲੈਕਚਰਸ ਲੈ ਸਕਦੇ ਹੋ ਤਾਂ ਨੰਬਰ ਪਲੀਜ਼ ਨੋਟ ਕਰ ਲੈਣਾ ਬਿਕਾਜ਼ ਉਹ ਮੈਂ ਇੱਥੇ ਲਿਖ ਨਹੀਂ ਪਾਉਂਗੀ ਠੀਕ ਹੈ ਇਸ ਲਈ ਮੈਂ ਬੋਲ ਦਿੰਨੀ ਆ ਓਕੇ ਹਾਂਜੀ ਨੰਬਰ ਹੈ 62804 92562 ओके राजेंद्र जी वेलकम एंड डेली ही हूँ क्लास के ओके मैं दोबारा फिर बोल रही हाँ बाठ अठ सौ चार बानवे पौ बाहठ ठीक है 804, इस नंबर के उपर कॉल कर सकते हो विद दीज वर्ड थैंक यू सो मच टेक केयर मिलेंगे कल गुड नाइट एवरी वन थैंक यू सो मच पर जी ਥੈਂਕ ਯੂ एवरीवन ਜਿਨ੍ਹਾਂ ਨੇ ਵੀ ਲਾਈਕ ਕੀਤਾ ਵੈਰੀ ਵੈਰੀ ਥੈਂਕਸ ਜਿਨ੍ਹਾਂ ਨੇ ਨਹੀਂ ਵੀ ਕੀਤਾ ਇਟ ਇਜ਼ ਓਕੇ